ਲੈ ਫੇਰ ਕੀ ਹੋ ਗਿਆ ਭਾਬੀ ਆਏ ਹੁਣ ਕਿ ਮੈਂ ਰਹਾ ਜਾਂਦਾ ਮੈਂ ਵੀ ਤਾਂ ਭਾਬੀ ਦੇਖਣੀ ਸੀ ਕਹੇ ਜੀ ਰਿਹਾ ਆ ਲਾ ਦੇਖ ਲੈ ਸੰਧਾਰਾ ਕਿੱਥੋਂ ਬੋਲਦੀ ਐ ਹੈ ਭਾਬੀ ਨਾ ਭਾਬੀ ਦੀ ਜਾਤ ਕੱਚਾ ਵੇਰ ਲੈ ਨੂੰ ਤਾਂ ਜੀ ਨਹੀਂ ਕਰਦਾ ਸੜੀ ਹੋਈ ਤੋਂ ਭਾਬੀ ਉਹ ਮੈਂ ਮਰ ਜਾਵਾਂ ਇਹ ਜੀ ਕਿੱਥੋਂ ਲਿਆ ਫਿਰ ਕੀ ਬਾਜ਼ਾਰ ਤਾਂ ਨਹੀਂ ਨਾ ਪਾ ਵਾਲੀਆਂ ਤੇਰੇ ਵਰਗੇ 3600 ਮਿਲਦੇ ਨੇ ਮੈਨੂੰ ਰੋਜ਼ ਮੇਰਾ ਤਾਂ ਕੰਮ ਹੀ ਇਹੀ ਆ ਮੈਂ ਬਾਪੂ ਕਿੱਧਰ ਗਿਆ ਪਤਾ ਨਹੀਂ ਭਾਈ ਬਾਪੂ ਕਿਹੜਾ ਮੈਨੂੰ ਦੱਸ ਕੇ ਗਿਆ ਤੜਕੀ ਦਾ ਨਿਕਲਿਆ ਹੈਗਾ ਤਾਂ ਗੁਲਾਬੀ ਬੰਨ ਲਈ ਪੱਗ ਖਾਣੀ ਕਿੱਥੇ ਤਾਂ ਗਿਆ ਕਿੱਥੇ ਨਾ ਮੈਂ ਤਾਂ ਨਾ ਕੱਲ੍ਹ ਦਾ ਬੁਲਾਇਆ ਨਾ ਮੈਨੂੰ ਰੋਟੀ ਫੜਾਈ ਹੈ ਭਾਈ ਨਾ ਮੈਂ ਚਾਹ ਫੜਾਈ ਹੁਣ ਕਿਤੇ ਤਾਂ ਗਈ ਉਹ ਐ ਤਾਂ ਦੱਸ ਕੇ ਕਿ ਉਹ ਰੁਪਈਆ ਤੇ ਲੈ ਕੇ ਗਿਆ ਉਹ ਜੇ ਕਿਤੇ ਲਵੇ ਗਿਆ ਹੋਇਆ ਪਤਾ ਨਹੀਂ ਮੈਥੋਂ ਤਾਂ ਕੋਈ ਰੁਪਈਆ ਤੇਲਾ ਨਹੀਂ ਮੰਗਿਆ ਹੈਗਾ ਆੜਤੀਆਂ ਤੋਂ ਫੜ ਲਿਆ ਹੋਵੇ ਮੈਨੂੰ ਪਤਾ ਨਹੀਂ ਹੈਗਾ ਮੈਨੂੰ ਤਾਂ ਸ਼ੱਕ ਐ ਲੱਗਦੀ ਹੈ ਵੀ ਉਹ ਡੋਲੇ ਕੋਲੇ ਹੀ ਨਿਕਲਿਆ ਉਸੇ ਨੂੰ ਨਾ ਲੈਣ ਗਿਆ ਹੋਵੇ ਕਿਤੇ ਕੋਈ ਤਵਾਰੀ ਨਹੀਂ ਉਹਦੀ ਉਹਦੇ ਕੋਈ ਯਕੀਨ ਨਹੀਂ ਰਿਹਾ ਉਹ ਆਪਣੀ ਬੇਇੱਜ਼ਤੀ ਕਰਾਉਣ ਵਾਲੇ ਆਪ ਕਰਾ ਕੇ ਆਊਗਾ ਉਹੀ ਤਾਂ ਗੱਲ ਹੈ ਮੈਂ ਤਾਂ ਕਹਿੰਦੀ ਇਹ ਤਾਂ ਕਰਨ ਬੇਇੱਜ਼ਤੀ ਸਮਾਰ ਕੇ ਨੂੰ ਪਤਾ ਹੀ ਫੇਰ ਲੱਗੇ ਜਿਹੜਾ ਵੱਡਾ ਰੌਲਾ ਪੈ ਰਿਹਾ ਵੀ ਤੈਨੂੰ ਲੋੜ ਕੀ ਹੈ ਜਾਣ ਦੇ ਉੱਥੇ ਬੇ ਮਾੜੇ ਤੋਂ ਮਾੜਾ ਬੰਦਾ ਵੀ ਆਪਦੇ ਘਰਦਿਆਂ ਦੀ ਮਿਹਨਤ ਕਰਾਉਂਦਾ ਇਹਦੇ ਮਾਂ ਦੇ ਪੁੱਤ ਤੋਂ ਕਦੇ ਮੂੰਹੋਂ ਨਹੀਂ ਸਰਿਆ ਹੈਗਾ ਕਦੇ ਆਪਣੇ ਵੱਲ ਦੀ ਗੱਲ ਕਰਤੀ ਹੋਵੇ ਜਦੋਂ ਬੋਲੂ ਬਸ ਜੱਟੀ ਆ ਪੁੱਤ ਜਮਾਈ ਨੂੰ ਪੁੱਤ ਦਾ ਤਾਂ ਟੱਬਰ ਦਾ ਤਾਂ ਨਾਂ ਹੀ ਨਹੀਂ ਲੈਂਦਾ ਹੈਗਾ ਕਦੇ ਵੀ ਨੀ ਮਾਂ ਇਹ ਬਣਿਆ ਆਪਣਾ ਤਾਂ ਕਦੇ ਵੀ ਪਤਾ ਨੀ ਕੀ ਤਾਂ ਆਪਣੇ ਨਾਲ ਇਹਦਾ ਬੈਰ ਆ ਪਤਾ ਨੀ ਕੀ ਨਾ ਨਾ ਮੇਰੇ ਨਾਲ ਕਦੇ ਖੇਤ ਗਿਆ ਵੀ ਖੇਤੀ ਬਗ ਜੇ ਕੰਮ ਕਰਵਾ ਦੇ ਉੱਥੇ ਮੈਂ ਮਰਾ ਖਾਪਾ ਕੁਛ ਹੋਵਾਂ ਇਹਨੂੰ ਕੋਈ ਫਰਕ ਨੀ ਵੀ ਆਪਣੀ ਫਸਲ ਕਹੇ ਜੇ ਕਹੀ ਜੇ ਨਾ ਬਸ ਇੱਥੇ ਰੋਹ ਮਾਰਨਾ ਤੂੰ ਰੇਹ ਨੀ ਸਿੱਟਕਿਆ ਆ ਤੂੰ ਪਾਣੀ ਲਾਇਆ ਕਿਉਂਕਿ ਲੋਕ ਇਹਨੂੰ ਲੁੱਟੀਆਂ ਲਾਉਂਦੇ ਨੇ ਲੋਕਾਂ ਮਗਰ ਲੱਗ ਕੇ ਮੈਨੂੰ ਗਾਲਾਂ ਦੇ ਜਾਂਦਾ ਬਿਨਾਂ ਗੱਲ ਤੋਂ ਇਹ ਤਾਂ ਮੱਚਿਆ ਮਚਾ ਰਹਿੰਦਾ ਰੇਹ ਸਪਰੇਹਾਂ ਭਾਲਦਾ ਇਹ ਤੋਂ ਚੱਲ ਪੁੱਤ ਕੋਈ ਨਾ ਬੋਲੀ ਨਾ ਕਰ ਚੁੱਪ ਕਰਕੇ ਟਲ ਜਾ ਕਰ ਆਪਦਾ ਇਹਨੂੰ ਭੌਂਕਦਾ ਫਿਰਦਾ ਜਿੱਧਰ ਫਿਰਦਾ ਹੈਗਾ ਮਾਂ ਚੁੱਪ ਤਾਂ ਕਰ ਜਾ ਕਰੂੰ ਬੇਚ ਤਾਂ ਆਪਣੀ ਕਰਾਉਂਦਾ ਇਹ ਜਾ ਕੇ ਮਾੜਾ ਕਹਿੰਦਾ ਆਪਾਂ ਨੂੰ ਸਾਰੇ ਪਿੰਡ ਚ ਥੂ ਥੂ ਹੁੰਦੀ ਆਲਾ ਕਹਿੰਦਾ ਵੀ ਉਹੀ ਮਾੜੇ ਨੇ ਯਾਰ ਮਾਂ ਪੁੱਤ ਫਿਰ ਕੀ ਕਰੀਏ ਹਰਜੀਤ ਮੇਰੀ ਗੱਲ ਸੁਣ ਕੋਈ ਨਾ ਭਾਈ ਲੋਕਾਂ ਨੂੰ ਤਾਂ ਸਿਆਣੇ ਆਦੇ ਹੁੰਦੇ ਦੋਨੀ ਪਾਸੀ ਦਿੰਦੇ ਨੇਗੇ ਉਹ ਤਾਂ ਬਾਈ ਚੰਗਾ ਕਿਸੇ ਨੂੰ ਕਹਿੰਦੇ ਨਹੀਂ ਹੈਗੇ ਠੀਕ ਹੈ ਕਹੀਂ ਜਾਣਦੇ ਮਾੜਾ ਮਾੜਾ ਕਹੇ ਤੋਂ ਕਿਧਰਾਂ ਨਹੀਂ ਆਪਣਾ ਨੂਨ ਟਿਲਕਦਾ ਹੈਗਾ ਕੋਈ ਨਾ ਇਹਨੂੰ ਲਾ ਲੈਣ ਦੇ ਮਨਾਂ ਦੀਆਂ ਭੋਲਾ ਖਰਾਬ ਦਾ ਤਾਂ ਮਾੜਾ ਕਹੇ ਆਪਣ ਤਾਂ ਚੱਲ ਕੋਈ ਨਾ ਯਾਰ ਲੋਕ ਤਾਂ ਆਪਣ ਲੋਕਾਂ ਦਾ ਕੀ ਪ੍ਰਵਾਹ ਕੋਈ ਨਾ ਬੈਰ ਬਦਲਾ ਕੋਈ ਇਹਦਾ ਹੈਗਾ ਮੇਰੇ ਨਾਲ ਕਹਾ ਮੇਰੀ ਲਾਦ ਨਾਲ ਹੈ ਹੁਣ ਜਾ ਕੇ ਇਹ ਨਹੀਂ ਪਤਾ ਉੱਥੇ ਆ ਕਿਤੇ ਮੈਨੂੰ ਤਾਂ ਕਿਸੇ ਰੋਟੀ ਨਹੀਂ ਖਵਾਈ ਮੈਨੂੰ ਤਾਂ ਕਿਸੇ ਨੇ ਪੁੱਛਿਆ ਹੀ ਘਰੇ ਮੈਂ ਤਾਂ ਆ ਗਿਆ ਇਹਦੇ ਕੀ ਪਤਾ ਕੀ ਕੀ ਗੱਲਾਂ ਬਣਾਉਂਦੇ ਨਾ ਭਾਈ ਕੋਈ ਤਵਾਰੀ ਨਹੀਂ ਫਿਰਦਾ ਰਹਿਣ ਤੇ ਫਿਰ ਬੁਲਾਈ ਨਾ ਮੈਂ ਤਾਂ ਕਿਹਨੇ ਜਦੋਂ ਮੈਂ ਨਹੀਂ ਬੁਲਾਉਂਦੀ ਤੂੰ ਵੀ ਨਾ ਬੁਲਾ ਫਿਰਦਾ ਰਹਿਣ ਦੇ ਭੌਂਕਦਾ ਖਾ ਲੈਣ ਦੇ ਮੂੰਹ ਤੋਂ ਗੁਲਗ ਮੇਰੇ ਨਾਲ ਤੇ ਹੂੰ ਹੀ ਨਹੀਂ ਬਣਦੀ ਮੇਰੇ ਤਾਂ ਸਿੱਧੇ ਮੂੰਹ ਬੋਲਦੀ ਨਹੀਂ ਗੱਲ ਜਦੋਂ ਮੈਂ ਬੁਲਾ ਲਿਆ ਤਾਂ ਵੀ ਪੁੱਠੇ ਬੋਲੂ ਮੈਂ ਤਾਂ ਬਣਦੀ ਕਿਹਦੇ ਨਾਲ ਆ ਇਹਦੀ ਚੱਲ ਤੂੰ ਐ ਕਰ ਜੇ ਰੋਟੀ ਫੇਰ ਭਾਂਡੇ ਮਾਂਜ ਲਈ ਮੈਨੂੰ ਰੋਟੀ ਫੜਾਉਣ ਦੀ ਚੱਲ ਫੜਾਉਣੀ ਆ ਪੁੱਤਾ ਦੋ ਕ ਭਾਂਡੇ ਰਹਿ ਗਏ ਬਸ ਮੈਂ ਜਾ ਵਗ ਜਾ ਤੂੰ ਅੰਦਰ ਮੈਂ ਰੋਟੀ ਲਿਆਉਣੀ ਆ ਪਾ ਕੇ ਮਰਨ ਦੇ ਜਿਹੜਾ ਕੋਈ ਜਿੱਧਰ ਮਰਦਾ ਕੋਈ ਪਰਵਾਹ ਨਹੀਂ ਕਿਸੇ ਕੰਜਰ ਦੀ ਆਪਾਂ ਲੈ ਕਦੋਂ ਦੇਖਣ ਲੱਗ ਰਹੀਆਂ ਵੀ ਹਾਂ ਆਊਗਾ ਵਿਹੜੇ ਚ ਆਊਗਾ ਬੇਕਰਮੇ ਵੇ ਗੱਲ ਸੁਣ ਲੈ ਫਿਰ ਮੇਰੀ ਬਾਹਰ ਆ ਕੇ ਬਾਹਰ ਵੀ ਦੇਖ ਲਿਆ ਕਰੋ ਕੀ ਹੋਈ ਜਾਂਦਾ ਹੈ ਮਾਰੀ ਜੜ ਵਾਲਾ ਹੈ ਅੰਦਰ ਤੀਵੀਂ ਦੇ ਗੋਡੇ ਲਵੇ ਲੱਗੇ ਬੈਠਾ ਰਹੂਗਾ ਹੋਰ ਤਾਂ ਕੋਈ ਕੰਮ ਹੀ ਨਹੀਂ ਰਹਿ ਗਿਆ ਇਹੀ ਧਿਆਗੀ ਉਹੀ ਗੱਲ ਹੈ ਕਿ ਕੋਹੇ ਨੂਰ ਦਾ ਹੀਰਾ ਸੜੀ ਹੋਈ ਮੁਸਕ ਦਾ ਘਰ ਕੱਚਾ ਵੇਰ ਲੈਣ ਨੂੰ ਜੀ ਨਹੀਂ ਕਰਦਾ ਹਾਂ ਬੇਬੇ ਤੂੰ ਕੀ ਗੱਲ ਆਈ ਜੇ ਬੋਲਦਾ ਕੁੱਟਿਆ ਤਾਂ ਨਹੀਂ ਕਿਤੇ ਨੇ ਓਏ ਕਾਹਨੂੰ ਕੁੱਟਿਆ ਬੇਬੇ ਤੂੰ ਗੱਲ ਦੱਸ ਕੀ ਆ ਉਹੀ ਬਾਜਾਈਆਂ ਮਰੀ ਜਾਨੀ ਆ ਲੈ ਦੇਖ ਲੈ ਹੁਣ ਮੈਂ ਬਾਜਾ ਵੀ ਨਾ ਮਾਰਾਂ ਮੇਰੀਆਂ ਬਾਜਾ ਵੀ ਬੁਰੀਆਂ ਲੱਗਦੀਆਂ ਨੇ ਬੇ ਮੈਂ ਉਹੀ ਮਾਂ ਜਿਹਦੇ ਸਿਰਾਂ 'ਤੇ ਬੈਠਾ ਹੁੰਦਾ ਦੀ ਹੁਣ ਪੁੱਛਦਾ ਵੀ ਨਹੀਂ ਉਹ ਫਿਰ ਮੈਂ ਤੈਨੂੰ ਕੀ ਕਹਿਤਾ ਤੂੰ ਕਾਹਤੋਂ ਅੱਜ ਤੜਕੀ ਭਰੰਡਾ ਖਾ ਲਈਆਂ ਮੈਂ ਤਾਂ ਕੁਛ ਨਹੀਂ ਖਾਦਾ ਮੇਰੀ ਗੱਲ ਸੁਣ ਆ ਘਰੇ ਨਿਗਾਹ ਰੱਖੀ ਬਾਹਰ ਨਿਕਲ ਕੇ ਵੀ ਦੇਖ ਲਈ ਕਿਤੇ ਕੁੱਤੇ ਲੱਖ ਲੱਖ ਨਿਕਲੀ ਜਾਣ ਮੈਂ ਉਧਰੋਂ ਲੰਬਰਦਾਰਾਂ ਦੀ ਬੁੜੀ ਮਰ ਗਈ ਮੈਂ ਉਹਨਾਂ ਦੇ ਬੈਠਿਆ ਮਾਂ ਪਿੰਦਾ ਕਿਆ ਬੈਠਾ ਕੁੱਤੇ ਤਾਂ ਨਹੀਂ ਆਉਂਦੇ ਹੁਣ ਤਾਂ ਇੱਥੇ ਬੰਦੇ ਬੁੜੀਆਂ ਆਉਣੀਆਂ ਲੱਕਣ ਓਹੋ ਕੀ ਗੱਲ ਕੀ ਕਹੀ ਜਾਂਦਾ ਏ ਉਹ ਕੁਛ ਨਹੀਂ ਕਹਿੰਦਾ ਮੈਨੂੰ ਐਂ ਦੱਸ ਆਮਣ ਭਾਬੀ ਜੀ ਤੇ ਰਾਜਵੀਰਾ ਕਿੱਥੇ ਆ ਉਹ ਨਹੀਂ ਦਿੰਦੇ ਬੇ ਉਹ ਤਾਂ ਆਪਦੇ ਸੌਰੀ ਗਏ ਕੋਈ ਕੰਮ ਹੋਣਾ ਉਹਨਾਂ ਨੂੰ ਮੋੜੇ ਆਉਣਗੇ ਕੋਈ ਨਹੀਂ ਜਾ ਆਉਣਦੇ ਕਿੰਨੇ ਦਿਨਾਂ ਨਹੀਂ ਕਹਿੰਦੀ ਤੀ ਜਾਣ ਨੂੰ ਕੋਈ ਗੱਲ ਨਹੀਂ ਉਹ ਮਾੜਾ ਜਿਹਾ ਮੈਨੂੰ ਪੁੱਛ ਕੇ ਵਗ ਜਾਂਦੇ ਚੱਲ ਮੈਂ ਉਹਨਾਂ ਨਾਲ ਗੱਲ ਕਰਨੀ ਸੀ ਕੋਈ ਰਾਜ ਲੈ ਤੈਨੂੰ ਪੁੱਛ ਕੇ ਵਗ ਜਾਣ ਕੀ ਗੱਲ ਮੈਂ ਬੈਠੀ ਆ ਪੁੱਛਣ ਵਾਸਤੇ ਤੇਰੀ ਲੀਡਰੀ ਕੁਛ ਰਹੇਗੀ ਘੋਟਣ ਤੋਂ ਓਏ ਮੈਂ ਗੱਲ ਕਰਨੀ ਸੀ ਰਾਜ ਨਾਲ ਕੋਈ ਜ਼ਰੂਰੀ ਕੰਮ ਸੀਗਾ ਮੈਨੂੰ ਗੱਲ ਕਰਨੀ ਸੀ ਮੂੰ ਤਾਂ ਰਾਜ ਦੇ ਸਾਧਨ ਤੋਂ ਪਰਛਾਵੇਂ ਵੜਦਾ ਅਹੀ ਜੀ ਕਿਹੜੀ ਗੱਲ ਤੀ ਜਿਹੜੀ ਅੱਜ ਤਾਂ ਰਾਜ ਨਾਲ ਕਰਨੀ ਸੀ ਤੈਨੂੰ ਰਾਜ ਤੱਕ ਕੰਮ ਪੈ ਗਿਆ ਕੀ ਗੱਲ ਹੈ ਮੈਨੂੰ ਦੱਸ ਦੇ ਓਏ ਕੋਈ 100 ਕੰਮ ਹੁੰਦੇ ਆ ਬੰਦੇ ਨੂੰ ਕਬੀਲਦਾਰੀ ਦੇ ਹੁਣ ਤੈਨੂੰ ਕੀ ਦੱਸੀਏ ਦੱਸ ਚੱਲ ਚੰਗਾ ਆ ਬਾਜ ਜਾ ਭੱਜ ਜਾ ਲੈ ਹੁਣ ਮਾਂ ਤੈਨੂੰ ਕੀ ਦੱਸਾਂ ਮੈਂ ਵੀ ਮੈਂ ਤਾਂ ਬੜਾ ਕਸੂਤਾ ਫਸ ਗਿਆ ਸਿਆਪਾ ਲੈ ਲਿਆ ਮੈਂ ਤਾਂ ਨਿੱਕਾ ਨੂੰ ਕੋਹੇ ਨੂਰ ਦਾ ਹੀਰਾ ਉਹ ਤਾਂ ਮੇਰੇ ਸਾਲੇ ਦਾ ਜਾਮਣ ਨਿਕਲ ਗਿਆ ਕਾਲਾ
ਉਹ ਜੇ ਰਾਜ ਹੁੰਦਾ ਉਹਦੇ ਨਾਲ ਗੱਲ ਕਰ ਲਾਂਦਾ, ਮਾਂ ਦਾ ਪੁੱਤ ਉਹ ਆਪਦੇ ਸਹੁਰੀ ਵਗ ਗਿਆ, ਹੁਣ ਕੀ ਕਰਾਂ ਯਾਰ। ਕੀ ਗੱਲ ਅੱਜ ਮੇਰੀ ਜਾਨ ਚੁੱਪ ਚੁੱਪ ਬੈਠੀ, ਕੀ ਦਮੂਹਾ ਲੜ ਗਿਆ? ਉਹ ਦਮੂਹਾ ਕਾਹਨੂੰ ਲੜ ਗਿਆ, ਮੇਰੇ ਤਾਂ ਤੂੰ ਲੜ ਗਿਆ, ਮੇਰੇ ਸਾਲਿਆ ਕਾਲਿਆ ਭੁੰਡਾ ਉਹ ਵੀ ਭਾਠੀ ਵਾਲਿਆ। ਨਾ ਆਪਦੀ ਬੂਥੀ ਦੇਖੀ ਏਦਾਂ ਕਹੇ ਜੀ ਆ, ਜਿਵੇਂ ਮਾਤਾ ਨਿਕਲੀ ਨੇ ਬੂਥੜੇ ਤੇ ਮੈਨੂੰ ਗੱਲ ਗੱਲ ਤੇ ਕਹਿੰਦਾ ਕਾਲਾ ਭੁੰਡ ਕਾਲਾ ਭੁੰਡ। ਉਹ ਚੱਲ ਚੰਗਾ ਯਾਰ, ਉਹ ਮੇਰੀ ਗੱਲ ਸੁਣ, ਤੈਨੂੰ ਮੈਂ 50-60 ਹਜ਼ਾਰ ਰੁਪਏ ਲਿਆ ਤਾਰਤੀ ਤੋਂ, ਓਏ ਹੋਰ ਤੂੰ ਮੇਰਾ ਖਿਹੜਾ ਕਿਵੇਂ ਛੱਡੇਗਾ ਭਰਾਵਾ, ਐਂ ਦੱਸ ਦੇ ਮੈਨੂੰ ਓਏ। ਨਾ ਤੈਨੂੰ ਨੀ ਪਤਾ ਕਿਵੇਂ ਖਿਹੜਾ ਛੁੱਟੂ, ਹੈ ਮੈਂ ਇੱਥੇ ਰਹਿ ਕੇ ਅੰਬ ਲੈਣੇ ਨੇ ਤੇਰੇ ਤੋਂ, ਰੁਪਈਆ 7 ਲੱਖ ਧਾਰ ਮੇਰੀ ਧੜੀ ਤੇ ਮੈਂ ਜਾਵਾਂ, ਤੂੰ ਆਪਦੇ ਰਾ ਮੈਂ ਆਪਦੇ ਰਾ। ਉਹ 7 ਲੱਖ ਦਾ ਡਿਗਰੀਆਂ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਂਦੀਆਂ, ਤੂੰ ਭਰਾਵਾ ਪੈਸਿਆਂ ਦੀ ਗੱਲ ਕਰਦਾ, ਉਹ ਇੱਕ ਸਾਡੇ ਵਾਲਾ ਰਾਜ ਹੈ ਨੀ ਅੱਜ ਇੱਥੇ, ਜੇ ਰਾਜ ਹੁੰਦਾ ਉਹਦਾ ਸੱਜਾ ਖੱਬਾ ਕਰ ਲਾਂਦਾ, ਕੋਈ ਉਹਨੂੰ ਆ ਜਾਂਦੇ ਮੈਂ ਕਰਦਾ ਕੋਈ ਹੱਲ, ਜੇ 10-20 ਹਜ਼ਾਰ ਲੈਣਾ ਤਾਂ ਮੈਂ ਤੈਨੂੰ ਦੇ ਦਾਂ 100 ਰੁਪਿਆ ਯਾਰ। ਲੈ 10-20 ਹਜ਼ਾਰ ਨੂੰ ਮੈਂ ਗਾਹ ਤੇ ਇੱਥੋਂ ਕੋਈ ਭੀਖ ਮੰਗਦੀ ਆ ਬੇ, ਹੋਰਾਂ ਤੋਂ ਮੈਂ ਇੱਕ ਦਿਨ ਦਾ 7 ਲੱਖ ਰੁਪਇਆ ਲੈਣੀ ਆ, 1 ਲੱਖ ਰੁਪਇਆ ਤੇਥੋਂ ਲੈਣੀ ਆ, ਤਾਂ ਤੂੰ ਮੈਨੂੰ ਲੱਗਦਾ ਬੰਦਾ ਭਲੇ ਮਾਨਸ, ਬੇ ਜੇ ਨਾ ਕੋਈ ਪੈਸੇ ਦਾ ਹੱਲ ਕਰਿਆ ਤੈਨੂੰ ਪਤਾ ਹੀ ਆ ਮੈਂ ਤਾਂ ਕੱਢ ਦੂੰ ਜਲੂਸ, ਸਾਰਾ ਪਿੰਡ ਤੈਨੂੰ ਬੇ ਗਦੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਪਿੰਡ ਚ ਗੇੜੇ ਦਬਾਉ, ਤੇ ਜਿਹੜੇ ਘਰ ਦਾ ਜਲੂਸ ਕੱਢਣਗੇ ਤੇਰਾ ਉਹ ਅੱਡ। ਉਹ ਚੱਲ ਚੰਗਾ ਬਾਬਾ ਗੁਰੂ, ਮੈਂ ਕਰਦਾ ਕੋਈ ਹੱਲ, ਜਾ ਵੀਰ ਬਣ ਕੇ ਅੰਦਰ ਜਾ ਕੇ ਬਹਿ ਜਾ ਯਾਰ, ਇੱਥੇ ਜੇ ਵਿਹੜੇ 'ਚ ਕਿਸੇ ਨੇ ਦੇਖ ਲਿਆ ਹੋਰ ਸਿਆਪਾ ਖੜਾ ਹੋਊਗਾ ਮੇਰੀ ਜਾਨ। ਇੱਕ ਗੱਲ ਹੋਰ, ਜਿਵੇਂ ਜਿਵੇਂ ਦਿਨ ਵਧੀ ਜਾਣਗੇ 1 ਲੱਖ ਰੁਪਇਆ ਉਵੇਂ ਉਵੇਂ ਵਧੀ ਜਾਊਗਾ। ਓਏ ਚੱਲ ਚੰਗਾ ਵਗ ਜਾ ਯਾਰ, ਕਿੱਥੇ ਯਾਰ ਸਿਆਪਾ ਲੈ ਲਿਆ ਮੈਂ ਤਾਂ ਗੱਲ, ਕਿਹੜੇ ਤੂੰ ਇੱਥੇ ਡੋਲੀਆਂ ਲੈ ਕੇ ਆਉਣੀਆਂ ਸੀਗਾ, ਤੈਨੂੰ ਕੀ ਲੋੜ ਸੀ, 2 ਮਿੰਟ ਦਾ ਗੁੱਸਾ ਸੀਗਾ, ਚੱਲ ਜੇ ਅਮਨ ਕਹੀ ਜਾਂਦੀ ਸੀ ਉਹ ਚੱਲ ਲਾਦਾ ਉਹਦੀਆਂ ਗੱਲਾਂ, ਆਹ ਹੁਣ ਮੇਰਾ ਸਾਲਾ ਬੰਦਾ ਸਹਾਰਨਾ ਬੜਾ ਔਖਾ ਬਈ। ਹਾਂ ਬਾਪੂ ਜੀ ਦੱਸੋ ਕਿਹੜੀ ਗੱਲ ਦੀ ਪਰੇਸ਼ਾਨੀ ਆ ਤੁਹਾਨੂੰ? ਪੁੱਛੇਰਾ ਮੈਨੂੰ ਕਾਹਦੀ ਪਰੇਸ਼ਾਨੀ ਹੋਣੀ ਹੈ, ਪਰੇਸ਼ਾਨੀ ਤਾਂ ਇਹਨਾਂ ਨੂੰ ਮਾਂ ਪੁੱਤਾਂ ਨੂੰ ਹੋ ਰਿਹਾ ਨੂੰਹ ਤੋਂ, ਇਹਨਾਂ ਨੂੰ ਪੁੱਛ ਲਾ ਭਾਈ ਵੱਡੇ ਸਿਆਣਿਆਂ ਨੂੰ। ਉਹ ਕੀ ਗੱਲ ਹਰਜੀਤ, ਭਾਈ ਤੂੰ ਕੁੜੀ ਨੂੰ ਕਿਉਂ ਕੁੱਟ ਕੇ ਘਰੋਂ ਕੱਢਤਾ? ਬਾਈ ਤੈਨੂੰ ਕਿਹੜਾ ਪਤਾ ਨੀ, ਆ ਅਮਨ ਭੈਣ ਵੀ ਕੋਲੀ ਹੈ, ਇਹਨੂੰ ਵੀ ਸਾਰਾ ਪਤਾ, ਕੰਮ ਨੀ ਕਰਦੀ ਤਾਂ ਕੁੱਟਦੇ ਆ, ਸਾਡਾ ਕੋਈ ਜੀ ਕਰਦਾ ਕੁੱਟਣ ਨੂੰ? ਲੈ ਕਿਹੋ ਜੀਆਂ ਗੱਲਾਂ ਕਰਦਾ ਬਾਈ, ਤੇਰੇ ਘਰ ਵਾਲੀ ਤਾਂ ਸਿਆਣੀ ਇੰਨੀ ਹੈ, ਅਸੀਂ ਤੈਨੂੰ ਕਿੰਨੇ ਵਾਰੀ ਆਏ ਆ ਇੱਥੇ, ਕਦੇ ਨੀ ਦੇਖਿਆ, ਅਸੀਂ ਤਾਂ ਉਹ ਵਿਹਲੀ ਬੈਠੀ ਸਾਰਾ ਘਰ ਦਾ ਕੰਮ ਕਰਦੀ ਸੀ ਯਾਰ, ਤੂੰ ਕਿਹੋ ਜੀਆਂ ਗੱਲਾਂ ਕਰੀ ਜਾਂਦਾ? ਪੁੱਤ ਮੇਰੀ ਗੱਲ ਸੁਣ, ਬਿੰਦ ਝੱਟ ਦੇਖਣ ਚ ਤੇ ਰੋਜ਼ ਰਹਿਣ ਚ ਬਹੁਤ ਫਰਕ ਹੁੰਦਾ, ਬਿੰਦ ਘਾਉਂਦੇ ਸੀ ਤੁਸੀਂ, ਮਿੱਠੇ ਪੋਚੇ ਮਾਰ ਕੇ ਦਿਖਾ ਦਿੰਦੀ ਸੀ ਵੀ ਮੇਰੀ ਸੱਸ ਭੈੜੀ ਹੈ ਮੈਂ ਤਾਂ ਕੰਮ ਕਰਦੀ ਆ, ਮਗਰੋਂ ਸਾਡੇ ਹਲਕ ਚ ਡੰਡਾ ਦਿੰਦੀ ਸੀ ਉਹ ਮਾਂ ਪੁੱਤਾਂ ਦੇ, ਨਾ ਤੈਨੂੰ ਕੀ ਨਾ ਕਿਹਾ ਸੀ ਵੀ ਬੰਨ ਕੇ ਗੁਲਾਬੀ ਪੱਗ ਤੜਕੀ ਨਿਕਲ ਜਾ ਕੁੜੀ ਕੋਲੇ? ਨਾ ਹੋਰ ਮੈਂ ਕਿਹੜੇ ਖੂਹ ਹੱਥ ਚ ਡਿੱਗਦਾ ਜਾ ਕੇ, ਓਏ ਆਪਦਿਆਂ ਕੋਲ ਹੀ ਜਾਂਦੇ ਆ ਜਦੋਂ ਮੁਸੀਬਤਾਂ ਪੈਂਦੀਆਂ ਨੇ, ਤੁਹਾਨੂੰ ਤਾਂ ਨਹੀਂ ਲੱਗਣਾ ਖੂਹ ਚ ਡਿੱਗ ਪੈਂਦਾ ਪਰ ਤੇਰੀ ਰਾਂਤ ਕੱਟ ਜਾਂਦੀ। ਮਾਂ ਮੇਰੀ ਗੱਲ ਸੁਣ, ਕਿਉਂ ਐ ਕਰਦੀ ਆ ਜੀ, ਇਸ ਘਰ ਦੀ ਬਹੂ ਹੈਗੀ ਉਹ, ਨਾ ਤੂੰ ਐ ਕਰ, ਆਪਦੇ ਪੁੱਤ ਦਾ ਘਰ ਆਪਦੇ ਹੱਥੀ ਉਜਾੜੀ ਜਾਂਦੀ ਆ, ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਵਾਂ। ਬਹੂ ਆ ਬਹੂ ਬਣ ਕੇ ਰਹੇ ਪੁੱਤ, ਤੈਨੂੰ ਕੀ ਪਤਾ ਤੂੰ ਕਿਹੜਾ ਦੇਖਦੀ ਨੀ ਸੀ ਕੋਲੇ ਰੋਜ਼ ਹੀ ਦੇਖਦੀ ਸੀਗੀ, ਹੈ ਮੂਰੇ ਐ ਅੜਦੀ ਆ ਸੁੱਕਣਾ ਵਾਂਗੂ ਮੇਰੇ ਨਾਲ। ਮਾਂ ਜੇ ਤੂੰ ਉਹਨੂੰ ਪੁੱਠਾ ਬੋਲਦੀ ਆ ਉਹ ਤਾਂ ਹੀ ਅੜਦੀ ਆ, ਮੈਨੂੰ ਪਤਾ ਗਾ ਵੀ ਤੂੰ ਬਿਨ ਮਤਵਲਾ ਉਹ ਤੇ ਬਲੱਡ ਵਧਾਈ ਰੱਖਦੀ ਆ, ਨਾਲੇ ਮੇਰੀ ਗੱਲ ਸੁਣ, ਮੇਰੇ ਉਹਨੇ ਕੀ ਸਿਰ ਚ ਘੋਲ ਕੇ ਪਾਤਾ, ਤੂੰ ਸਾਰਾ ਦਿਨ ਉਹਨੂੰ ਇਸ ਗੱਲ ਤੇ ਤਪਾਈ ਜਾਂਦੀ ਆ, ਮੈਂ ਚੱਲ ਆਪਦੇ ਘਰੇ ਰੰਗੀ ਵਸਦੀ ਆ ਜੀ, ਹੋਰ ਕੀ ਚਾਹੀਦਾ, ਚੱਲ ਮੰਨਿਆ ਮੈਂ ਤਾਂ ਨਿਆਣੀ ਸੀ ਮੈਥੋਂ ਤਾਂ ਗਲਤੀਆਂ ਹੋ ਗਈਆਂ, ਮਾਂ ਤੂੰ ਤਾਂ ਸਿਆਣੀ ਵਿਆਣੀ ਆ ਤੈਨੂੰ ਤਾਂ ਸਮਝਣਾ ਚਾਹੀਦਾ। ਬਸਦੀ ਆ ਰੰਗੀ, ਪਹਿਲਾਂ ਕਹਿੰਦਾ ਰੰਗੀ ਨੀ ਸੀ ਬਸਦੀ, ਹੁਣ ਖਬਰ ਆ ਕੀ ਹੋ ਗਿਆ, ਮੈਨੂੰ ਹੀ ਮਾੜੀ ਬਣਾ ਰੱਖਿਆ ਸਾਰੇ ਟੱਬਰ ਨੇ, ਇਹਨਾਂ ਮਗਰ ਤੂੰ ਲੱਗ ਗਈ। ਉਹੀ ਗੱਲ ਤੇਰੀ ਤਾਂ, ਚੱਲ ਵਧੀਆ ਹੈਗਾ ਸ਼ੁਕਰ ਮਨਾ, ਤੇਰੀ ਕੁੜੀ ਨੂੰ ਅਕਲ ਆ ਗਈ, ਵਧੀਆ ਆਪਦੇ ਘਰੇ ਵਗ ਗਈ, ਤੂੰ ਇੱਥੇ ਬਿਠਾ ਕੇ ਦੱਸੇ ਤੋਂ ਕੀ ਦਾਣੇ ਲੈਣੇ ਸੀਗੇ? ਬੇਬੀ ਮੈਂ ਤਾਂ ਕਿਸੇ ਨੂੰ ਨਹੀਂ ਬਿਠਾਉਂਦੀ, ਮੈਂ ਕੀ ਕਰਾਉਣਾ ਸੀਗਾ, ਸੰਗਾ ਇਹਨਾਂ ਤਾਂ ਮੈਨੂੰ ਮਾੜੀ ਕਹਾਤਾ, ਹੈ ਦੱਸ ਇਹ ਆਈ ਟੁਕੜਾ ਹੀ ਦਿੰਦੀ ਸੀ ਮੈਂ। ਮੇਰੀ ਗੱਲ ਸੁਣ ਮਾਂ, ਟੁਕੜੇ ਤੋਂ ਤਾਂ ਤੂੰ ਹੁਣ ਕਿਹੜਾ ਮੈਨੂੰ ਐ ਕਹਿ ਦੇਂਗੀ ਵੀ ਭਾਈ ਮੇਰੇ ਘਰੇ ਨਾ ਵੜ ਮੈਂ ਤੈਨੂੰ ਟੁਕੜਾ ਨਹੀਂ ਦਿੰਦੀ, ਮਾਂ ਬਣ ਕੇ ਕੋਈ ਨਹੀਂ ਤੈਨੂੰ ਮਾੜੀ ਕਹਿੰਦਾ, ਤੂੰ ਬਥੇਰੀ ਸਿਆਣੀ ਆ, ਮੈਂ ਤੈਨੂੰ ਐਂ ਕਹਿਣੀ ਆ ਆਪਦੇ ਦਿਮਾਗ ਤੋਂ ਕੰਮ ਲੈ ਮਾਂ, ਆਪਦੇ ਪੁੱਤ ਦਾ ਘਰ ਨਾ ਉਜਾੜ। ਅਮਨ ਨਾਲੇ ਗੱਲ ਸੁਣ, ਵਿਆਹੀ ਉਹ ਇਹਦੇ ਨਾਲ ਹੈ, ਤੂੰ ਭਾਈ ਬੁੱਝ ਬਣਿਆ ਬੈਠਾ ਹੈਗਾ, ਤੈਨੂੰ ਸੰਗ ਆਉਣੀ ਚਾਹੀਦੀ ਹੈ, ਲੋਕ ਤੈਨੂੰ ਆਖਣਗੇ ਨਾ ਕਿ ਮਾਂ ਨੂੰ ਆਖਣਗੇ। ਬਈ ਕੁਛ ਮਰਜ਼ੀ ਆਖੀ ਜਾਣ, ਮੈਂ ਤਾਂ ਉਹ ਘਰੇ ਲਿਆਉਣੀ ਨੀ, ਇਸ ਘਰ ਬਾੜਨੀ ਨੀ, ਜੋ ਆਊ ਤਾਂ ਮੈਂ ਨੀ ਇਸ ਘਰ ਰਹਿੰਦਾ। ਮੇਰੀ ਗੱਲ ਸੁਣ ਬਈ ਅਮਲੀਆ ਜੀ, ਭੌਂਕੀ ਜਾਂਦਾਗਾ ਸਾਰਾ ਦਿਨ ਕੁੱਤਿਆਂ ਵਾਂਗੂ, ਤੈਨੂੰ ਐ ਨੀ ਪਤਾ ਹੈਗਾ ਵੀ ਤੇਰੇ ਘਰ ਵਾਲੀ ਹੈਗੀ ਉਹ, ਮੈਂ ਨੀ ਲਿਆਉਣੀ ਮੈਂ ਨੀ ਲਿਆਉਣੀ, ਟਾਟੇ ਬਿਰਲੇ ਨਾਲ ਪਿੱਠ ਲੱਗਦੀ ਹੈ ਤੇਰੀ ਵੀ ਤੈਨੂੰ ਹੋਰ ਰਿਸ਼ਤਾ ਹੋ ਜਾਊਗਾ। ਮੇਰੀ ਗੱਲ ਸੁਣ ਪੁੱਤ, ਇੰਨਾ ਨਾ ਘਬਰਾ, ਠੀਕ ਹੈ ਮੈਨੂੰ ਪਤਾ ਤੂੰ ਇਹਨਾਂ ਦੀ ਚੱਕੀ ਚਕਾਈ ਆਈ ਹੈ ਤੇਰੇ ਬਾਪੂ ਦੀ, ਜਦੋਂ ਇਹਦੀ ਬਣਦੀ ਨੀ ਇਹਦੀ ਨਿਭੂ ਕਿਵੇਂ ਸਾਰੀ ਜ਼ਿੰਦਗੀ, ਮੈਨੂੰ ਐਂ ਦੱਸ। ਇੱਕ ਮਿੰਟ ਮਾਂ, ਬਣਦੀ ਕਿਉਂ ਨੀ ਹੈਗੀ, ਬਣ ਨੂੰ ਕੀ ਹੋ ਗਿਆ, ਕੀ ਕਮੀ ਆ ਉਹਦੇ ਵਿੱਚ, ਚੰਗੀ ਭਲੀ ਆ, ਸੋਹਣੀ ਸੁਨੱਖੀ ਹੈਗੀ, ਕੰਮ ਨਾਲ ਕੰਮ ਕਰਦੀ ਹੈਗੀ,
चंगे थानू तो लीड़े मिलते हैं, चंगी थानू बैठे रोटी मिलती है, हो रहे दस फिर की पालद भेने सोनू लगता है गल छोडली चौड़ू सानू पुछ के देखो मैं मां कि कर दे प्यो रल जाता मेरी गल सुन ला अजकल जमाने च ना अगली उंगल नहीं लगा बेचारे ने मेरी गल सुन आह गलती कर ली जेड़ी अपने घरे कुड़ी व्याहती ने यही गलती होगी बथेरियां गोजियां करके लै जांदी है इन्ना कता लई जांदी है मेरी गल सुन आऊगी दो चार महीनों तो एक सूटड़ा जे लेके आऊ आ मेरी भाभी ने दिता भाभी ओनू डाल नहीं दिंदी इथों ही गुथ मुथ करके ले जांदी ना लाउदा ना करे मेरी गल सुन सारियां गल्लां छड्ड गल सुन ला भाई दो दिन तां हैगा सानू कम असीं ओनू लेके आवांगे कुड़ी नू जे तू कुछ बोलिया ना तां आपदा हिसाब ला ली फिर असीं कदे इस करे पैर नहीं धरना हैगा फिर साडी सस्री काल हो भाई सानू मेरी गल सुन ला हां एक जे तां ओ आई ओहो इस करी आऊगी नहीं फिर मैं भी नहीं आउंदी इस करे जे तुसी यही चाहुंदे हो वी मेरी भैण इस घरे ना पड़े तां फिर कोई गल नहीं फिर मैं मुड़ के आउंदी नहीं कुछ मर्जी है करी जाओ प्यो आगा दुखी है बेचारा प्यो नूं भाई मैं लै जांदी आं फिर तुसी मां पुत फिरदे रहो डंडे वजाउंदे पहला मैनूं ऐ नहीं समझ आउंदी भैणे हुण तूं वी इन्ना मगर लग गई ਉਹ ਤੈਨੂੰ ਪਤਾ ਵੀ ਕਲੈਣੀ ਆ ਨਹੀਂ ਘਰੇ ਪਾੜਨ ਵਾਲੀ ਨਹੀਂ ਘਰੇ ਪਾੜਨ ਵਾਲੀ ਓਏ ਹਰਜੀਤ ਸਿਆਣਾ ਬਣ ਬਈ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਜਦੋਂ ਤੇਰਾ ਵਿਆਹ ਹੋ ਗਿਆ ਇੱਕ ਵਾਰੀ ਤੈਨੂੰ ਉਸੇ ਨਾਲ ਹੀ ਕੱਟਣਾ ਪਊ ਚਾਹੇ ਉਹ ਬੇਸ਼ੱਕ ਮਾੜੀ ਹੈ ਠੀਕ ਹੈ ਤੈਨੂੰ ਰਹਿਣਾ ਉਸੇ ਨਾਲ ਹੀ ਪਊ ਫਿਰ ਸੱਥ ਤਾਂ ਇਹ ਰਹਿਣੀ ਜਾਂਦਾ ਮਾਂ ਪੁੱਤਾਂ ਤੋਂ ਅਗਰ ਸੱਥ ਤਾਂ ਰਹਿਣਾ ਨਹੀਂ ਜਾਂਦਾ ਹਾਂ ਤੇਰੀ ਸ਼ਕਲ ਰਹਿਣੀ ਨਹੀਂ ਜੇ ਅਗਲੇ ਥਾਣੇ ਚ ਵਗ ਗਏ ਅੱਜ ਤਾਂ ਤੂੰ ਉਹਨਾਂ ਦੀ ਸ਼ਰੀਫਤਾ ਸਮਝ ਜੇ ਉਹ ਗਰੀਬ ਨੇ ਨਾ ਤਾਂ ਹੀ ਚੁੱਪ ਬੈਠਿਆ ਜੇ ਕਿਤੇ ਆਪਣੇ ਬਰਾਬਰ ਦੇ ਹੁੰਦੇ ਨਾ ਤੁਹਾਡੀਆਂ ਛਾਲਾਂ ਚਕਾਈਆਂ ਹੁੰਦੀਆਂ ਉਹਨਾਂ ਨੇ ਨਹੀਂ ਕੁਛ ਨਹੀਂ ਹੁੰਦਾ ਕਿਧਰੇ ਨੇ ਉਹਨੂੰ ਰੱਖਦੇ ਪੰਜ ਦਸ ਦਿਨ ਰਹੂਗੀ ਇੱਥੇ ਛੱਡ ਕੇ ਜਾਣਗੇ ਕਿਤੇ ਨਹੀਂ ਕਿਉਂ ਘਬਰਾਟ ਕਰਿਆ ਤੁਸੀਂ ਨੇ ਕਿਉਂ ਸਿਰ ਤੇ ਚੜੀ ਜਾਂਦੇ ਹੋ ਮੇਰੇ ਇੱਥੇ ਆਊਗੀ ਨਹੀਂ ਮਾਂ ਕਿਸੇ ਦੀ ਮਜਬੂਰੀ ਦਾ ਇੰਨਾ ਫਾਇਦਾ ਨਾ ਠਾਓ ਪਤਾ ਹੀ ਆਪਾਂ ਨੂੰ ਵੀ ਉਹਦੀ ਪਰਜਾਈ ਹੈ ਨਹੀਂ ਕਿਸੇ ਕੰਮ ਦੀ ਨਾ ਇੰਨੀ ਅੱਤ ਚੱਕਿਆ ਕਰੋ ਸਹੀ ਗੱਲ ਹੈ ਭਾਈ ਤੇਰੀ ਬਹੂ ਦੀ ਪਰਜਾਈ ਨਹੀਂ ਕਿਸੇ ਕੰਮ ਦੀ ਉਸੇ ਗੱਲ ਦਾ ਇਹ ਫਾਇਦਾ ਚੱਕਦੇ ਨੇ ਜੇ ਕਿਤੇ ਉਹਦੇ ਮਾਂ ਪਿਓ ਜਾਉਂਦੇ ਹੁੰਦੇ ਨਾ ਇਹਨਾਂ ਦੇ ਹਲਕ 'ਚ ਦਿੰਦੇ ਉਹ ਡੰਡਾ ਨਾਲੇ ਕਢਾਉਂਦੇ ਨੇ ਨਕਲਾਂ ਲਖੀਰਾਂ ਫੇਰ ਪਤਾ ਲੱਗਦਾ ਵੀ ਕਿਸੇ ਦੀ ਕੁੜੀ ਨੂੰ ਕਿਵੇਂ ਤੰਗ ਕਰੀਦਾ ਬਹਿ ਜਾ ਬਹਿ ਜਾ ਨੇ ਚਲਾ ਤੇਰੇ ਨਾਲ ਹੱਕ ਚ ਡੰਡਾ ਦੇਣਾ ਪਜੇ ਉਹ ਸਿਰੇ ਸਿਰ ਚੜੀ ਜਾਂਦਾ ਬਥੇਰੀਆਂ ਚੱਲ ਲੀਆਂ ਹੁਣ ਮੈਂ ਤੇਰੀਆਂ ਹੱਦਈ ਨਹੀਂ ਬੋਲਣਾ ਮਾਂ ਤੁਸੀਂ ਬਾਪੂ ਦੀ ਕਿੰਨੀ ਕਿ ਇੱਜ਼ਤ ਕਰਦੇ ਹੋ ਜਿਹੜੀ ਆਪਦੇ ਪੁੱਤ ਦੀ ਇੱਜ਼ਤ ਭਾਲਦੇ ਹੋ ਆਪਦੀ ਨੂੰਹ ਤੋਂ ਨਹੀਂ ਇਹ ਹੈ ਨਹੀਂ ਇੱਜ਼ਤ ਕਰਾਉਣ ਦੇ ਲਾਇਕ ਇੱਥੋਂ ਹੀ ਗਈਆਂ ਸਾਰਾ ਪਤਾ ਤੈਨੂੰ ਅੱਜ ਬਾਪੂ ਦੀ ਹੋਈ ਖੜੀ ਆ ਹੋਰ ਕੁਛ ਬਣ ਰਹੀ ਐ ਓਏ ਆਮਣਾ ਕਾਦੇ ਵਾਸਤੇ ਬੋਲੀ ਜਾਨੀ ਐ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਭੈਣ ਨੂੰ ਲਿਆ ਕੇ ਇੱਥੇ ਛੱਡਾਂਗੇ ਫੇਰ ਦੇਖਦੇ ਆ ਕੌਣ ਬੋਲਦਾ ਬਾਈ ਕਮਾਲ ਆ ਤੁਹਾਡੀ ਯਾਰ ਤੁਸੀਂ ਆਪਦੀਆਂ ਮਰਜ਼ੀਆਂ ਕਰੀ ਜਾਂਦੇ ਸਾਡੀ ਮਰਜ਼ੀ ਬਣਾ ਕਿਵੇਂ ਲਿਆ ਛੱਡ ਦਾਂਗੇ ਉਹਨੇ ਇੱਥੇ ਉਹ ਚੁੱਪ ਕਰਕੇ ਬਹਿ ਜਾ ਮੇਰੀ ਗੱਲ ਸੁਣ ਲੈ ਜੇ ਹੁਣ ਉਹਨੂੰ ਇਦੋਂ ਬਾਅਦ ਕੁਝ ਕਹੇਗੇ ਨਾ ਅਸੀਂ ਤੁਹਾਡੇ ਨਾਲ ਨਹੀਂ ਉਹਨਾਂ ਦੇ ਨਾਲ ਖੜਾਂਗੇ ਨਾਲੇ ਗੱਲ ਸੁਣ ਲੈ ਅਮਣ ਜੇ ਇਹਨਾਂ ਨੇ ਕੋਈ ਕਰਤੂਤ ਖੰਡਿਆਈ ਨਾ ਮੁੜ ਇਸ ਘਰੇ ਪੈਰ ਨਾ ਪਾਈ ਸਹੀ ਗੱਲ ਹੈ ਜੀ ਕੋਈ ਗੱਲ ਨਹੀਂ ਮਾਤਾ ਜਮਾ ਨਹੀਂ ਆਉਂਦੀ ਇਸ ਘਰੇ ਜਿਆਦੇ ਚਾਂਬੜੇ ਪਏ ਨੇ ਬਾਪੂ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਵੀ ਅੱਜ ਘਰੇ ਕੰਮ ਸੀ ਇੱਕ ਅਸੀਂ ਬਸ ਤੁਹਾਨੂੰ ਮੋੜ ਨਹੀਂ ਸਕੇ ਤਾਂ ਕਰਕੇ ਮੈਂ ਇੱਥੇ ਆ ਗਈ ਸੀ ਗੱਲ ਕਰ ਇਹਨਾਂ ਤੇ ਮੱਥਾ ਪਕਾਈ ਕਰਨ ਦਾ ਕੋਈ ਫਾਇਦਾ ਨਹੀਂ ਚਲ ਹੁਣ ਅਸੀਂ ਚੱਲਦੇ ਆਂ ਪਰਸੋਂ ਨੂੰ ਲਿਆਵਾਂਗੇ ਭਾਬੀ ਨੂੰ ਤੁਸੀਂ ਵੀ ਮੇਰੀ ਗੱਲ ਸੁਣ ਲਓ ਹੁਣ ਨੂੰ ਤੋਂ ਜਾਓਗੇ ਕੁੜੀ ਨੂੰ ਵੀ ਤਰਸੋਗੇ ਹੁਣ ਤੁਸੀਂ ਕੋਈ ਨਾ ਕੁੜੀ ਤੇਰੀ ਕੋਈ ਚੱਕੀ ਹੋਈ ਆ ਅੱਜ ਵੱਡੀ ਬੜਮਾ ਬਣੀ ਬੈਠੀ ਹੈਗੀ ਇਹ ਵੀ ਜਦੋਂ ਪੈ ਚਾਰ ਛਤਰ ਦੁਵਾਰੇ ਇਹ ਸ਼ਰੀ ਕੁੱਟ ਕੇ ਗੱਡੀ ਛਨੋ ਤੋਂ ਉਦੋਂ ਪਤਾ ਲੱਗੂਗਾ ਇੱਥੇ ਰੋਂਦੀ ਆਈ ਫਿਰ ਆ ਦੇਖ ਲਾ ਰਾਜ ਨੂੰ ਮੈਂ ਕਹਿ ਕੇ ਆਇਆ ਸੀ ਵੀ ਮੜਾ ਜਾ ਕੇ ਮੇਰੀ ਗੱਲ ਸੁਣ ਲਾ ਓਏ ਔਖੇ ਟਾਈਮ ਕੋਈ ਨਹੀਂ ਖੜਦਾ ਭਰਾਵਾ ਜਦੋਂ ਬੰਦੇ ਤੇ ਵਿਪਤਾ ਪੈਂਦੀ ਆ ਮੈਨੂੰ ਤਾਂ ਅੱਛੀ ਵੀ ਜੀ ਲੱਗੀ ਪਈ ਆ ਯਾਰ ਸਾਲਾ ਮੇਰਾ ਤਾਂ ਐ ਜੀ ਕਰਦਾ ਹੀ ਮਰ ਜਾਉ ਕੁਛ ਖਾ ਕੇ ਉਹਨੂੰ ਕਰਨ ਦੇ ਮੈਨੂੰ ਫੋਨ ਯਾਰ ਵੀ ਆ ਜਾ ਹੁਣ ਹੈਲੋ ਓਏ ਆ ਜਾ ਨਾ ਯਾਰ ਤੈਨੂੰ ਮੈਂ ਦੋ ਵਾਰੀ ਪਹਿਲਾਂ ਕਹਿ ਗਿਆ ਵੀ ਮੇਰੀ ਮੜੀ ਜਾ ਕੇ ਗੱਲ ਸੁਣ ਲਾ ਉਹ ਮੈਂ ਆਪਣੇ ਬਾਰ ਦੇ ਮੂਹਰੀ ਬੈਠਾ ਖੁੰਡ ਤੇ ਆ ਜਾ ਵੀਰ ਬਣ ਕੇ ਯਾਰ ਸੁਣ ਲਾ ਮੇਰੀ ਗੱਲ ਉਹ ਨਹੀਂ ਮੈਂ ਕੁਛ ਖਾ ਕੇ ਮਰ ਜੂੰਗਾ ਆ ਜਾ ਚੰਗਾ ਹਜੇ ਮੈਨੂੰ ਕਹਿੰਦਾ ਲੈ ਦੱਸ ਕਹਿੰਦਾ ਕੀ ਹੋ ਗਿਆ ਉਹ ਤੈਨੂੰ ਕੀ ਪਤਾ ਭਰਾਵਾ ਮੇਰੇ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਓਏ ਓਏ ਆ ਜਾ ਭਰਾਵਾ ਲੈ ਉਹ ਆਉਂਦਾ ਓਏ ਉਹ ਸ਼ੁਕਰ ਆ ਰੱਬਾ ਜੀ ਆ ਗਿਆ ਇਹ ਕੰਜਰ ਦੇ ਨੇ ਮਹੀਨਾ ਲਾਤਾ ਘਰੇ ਵੀ ਤੂੰ ਆ ਜਾ ਦੱਸ ਓਏ ਆ ਜਾ ਯਾਰ ਕਦੋਂ ਦਾ ਡਿੱਕੀ ਜਾਣਾ ਪਤੰਦਰਾ ਉਹ ਕੀ ਹੋ ਗਿਆ ਬਾਈ ਯਾਰ ਤੈਨੂੰ ਪਤਾ ਤਾਂ ਹੈਗਾ ਅਸੀਂ ਗਏ ਹੋਏ ਸੀਗੇ ਹੁਣ ਤਾਂ ਆ ਕੇ ਘਰੇ ਬੈਠੇ ਸੀ ਯਾਰ ਓਏ ਹੋਣਾ ਕੀ ਆ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਵੇਂ ਗੱਲ ਕਰਾਂ ਤੂੰ ਬਾਈ ਬਣ ਕੇ ਮੇਰੀ ਪਹਿਲਾਂ ਸੌਂਹ ਖਾ ਵੀ ਕਿਸੇ ਕੋਲੇ ਗੱਲ ਤਾਂ ਨਹੀਂ ਕਰਦਾ ਉਹ ਬਾਈ ਗੱਲ ਤਾਂ ਦੱਸ ਦੇ ਕੀ ਗੱਲ ਹੋ ਗਈ
ਐਂ ਕਾ ਤੂੰ ਉਬਲਾ ਜੁਬਲੀ ਚ ਪਿਆ ਬੈਠਾ ਹੈ। ਉਬਲਾ ਜੁਬਲੀ ਦਾ ਕੀ ਭਰਾਵਾ, ਮੇਰਾ ਤਾਂ ਐਂ ਜੀ ਕਰਦਾ ਮੈਂ ਕੁਛ ਖਾ ਕੇ ਮਰ ਜਾ ਯਾਰ। ਉਹ ਯਾਰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ, ਗੱਲ ਤਾਂ ਦੱਸ ਦੇ ਕੀ ਗੱਲ ਹੋ ਗਈ ਇਹ ਜੀ। ਉਹ ਯਾਰ ਜਿਹੜੀ ਮੈਂ ਵਿਆਹ ਕੇ ਨੀ ਲੈ ਕੇ ਆਇਆ ਸੀ ਤੇਰੀ ਭਰਜਾਈ, ਹਾਂ ਮੇਰਾ ਸਾਲਾ ਬੰਦਾ ਨਿਕਲਿਆ ਉਹ। ਹੈਂ ਓਏ ਹੋਰ ਬੰਦਾ ਨਿਕਲਿਆ, ਓਏ ਹੋਰ ਯਾਰ ਓਏ ਆ ਕੀ ਗੱਲ ਹੋ ਗਈ, ਕੀ ਕਹੀ ਜਾਂਦਾ ਤੂੰ। ਓ ਯਾਰ ਤੇਰਾ ਆ ਸੌਗ ਹੈ, ਮੇਰਾ ਮਰਨ ਹੋਇਆ ਪਿਆ, ਮੇਰਾ ਸਾਲਾ ਮੈਂ ਕੀ ਕਰਾਂ। ਓ ਸੌਗ ਆ ਬੰਦਾ ਉਹ। ਓ ਚੁੱਪ ਕਰ, ਹੌਲੀ ਬੋਲ, ਕੋਈ ਸੁਣ ਲੂਗਾ ਕਾਹਨੂੰ, ਮੇਰੀ ਦਾੜੀ ਚ ਫੁੱਲ ਪਵਾਉਣਾ ਹੋਰ ਯਾਰ। ਓ ਸੁਣਨ ਵਾਲੀ ਕੀ ਗੱਲ ਹੈ ਯਾਰ, ਉਹੀ ਗੱਲ ਉਹ ਗੱਲਾਂ ਕਿਹੋ ਜਿਹੀਆਂ ਕਰੀ ਜਾਂਦਾ, ਮੈਨੂੰ ਤਾਂ ਹਜੇ ਵੀ ਨੀ ਯਕੀਨ ਆਉਂਦਾ। ਓਏ ਹਜੇ ਯਕੀਨ ਕੀ ਭਰਾਵਾ, ਉਹਦਾ ਮੈਨੂੰ ਕਹਿੰਦਾ 7 ਲੱਖ ਰੁਪਇਆ ਦੇ ਦੇ, ਨਹੀਂ 1 ਲੱਖ ਰੋਜ਼ ਦਾ ਵਧਿਆ ਕਰੂਗਾ। ਓ ਮੇਰੀ ਤਾਂ 2 ਪੁੜਿਆਂ ਵਿਚਾਲੇ ਜਾਣ ਆਈ ਪਈ ਆ। ਓਏ ਹੁਣ ਜੇ ਮੈਂ ਜ਼ਮੀਨ ਵੇਚਦਾ ਅਗਲਾ ਕਹਿੰਦਾ ਜ਼ਮੀਨ ਵੇਚਤੀ, ਹੁਣ ਮੈਨੂੰ ਤੂੰ ਦੱਸ ਮੈਂ ਕੀ ਕਰਾਂ। 7 ਲੱਖ ਰੁਪਇਆ ਦੇ ਦੇ ਕਹਿੰਦਾ। ਆਹੋ ਉਹਦਾ ਠੱਗੀਆਂ ਠੁੱਗੀਆਂ ਮਾਰਦਾ ਫਿਰਦਾ ਰਹਿੰਦਾ ਲੋਕਾਂ ਨਾਲ ਯਾਰ। ਪਹਿਲਾਂ ਕਹਿੰਦਾ ਜਿਹਦੇ ਮੈਂ ਘਰੇ ਵਗ ਜਾਣਾ ਅਗਲੇ ਤੋਂ ਐਂ ਪੈਸੇ ਲੈ ਕੇ ਦੂਜੇ ਦਿਨ ਹੀ ਆ ਜਾਣਾ, ਕਹਿੰਦਾ ਮੈਂ ਤੇਰੇ ਘਰੇ 3 ਦਿਨ ਹੋ ਗਏ ਬੈਠੇ ਨੂੰ, ਕਹਿੰਦਾ ਰੁਪਇਆ 10 ਲੱਖ ਲਊਂਗਾ, ਨਹੀਂ ਜੇ ਅੱਜ ਨਿਬੇੜਨਾ ਤਾਂ 7 ਲੱਖ ਦੇ ਦੇ। ਇਹ ਤਾਂ ਫਿਰ ਕੋਈ ਠੱਗ ਹੈ ਬਾਈ। ਚੱਲ ਫਿਰ ਤੈਨੂੰ ਪਹਿਲਾਂ ਨੀ ਪਤਾ ਲੱਗਿਆ ਬਾਈ ਯਾਰ, ਤੈਨੂੰ ਮੈਂ ਕਿੰਨਾ ਪਿੱਟਦਾ ਸੀ। ਤੂੰ ਪਤੰਦਰਾ 70,000 ਦੀ ਤਾਂ 30ਵੀਂ ਮੁੱਲ ਲਿਆਉਂਦੇ ਆਪਾਂ ਕਲਕੱਤੇ ਤੋਂ, ਇਹ ਪਤਾ ਨੀ ਕਿੱਧਰੋਂ ਫੜ ਲਿਆ ਤੂੰ। ਓਏ ਯਾਰ ਜੇ ਅਮਨ ਮੇਰੇ ਨਾਲ ਨਾ ਲੜਦੀ, ਕਾਹਨੂੰ ਆ ਮੈਂ ਫੂਲਾ ਪੱਕਦਾ, ਕਾਹਨੂੰ ਮੇਰੇ ਸੜਦੀ ਆ ਮੇਰੇ ਨਾਲ ਠੱਗੀ ਹੁੰਦੀ। ਚੱਲ ਮੇਰੀ ਗੱਲ ਸੁਣ, ਕੋਈ ਨੀ ਘਬਰਾ ਨਾ ਤੂੰ, ਦੇਖ ਇਹ ਗੱਲ ਆਪਾਂ ਨੂੰ ਘਰੇ ਤਾਂ ਦੱਸਣੀ ਪਊਗੀ, ਆਏ ਆਪਾਂ ਬਾਹਰੋਂ ਬਾਹਰ ਨਹੀਂ ਕਰ ਸਕਦੇ, ਪੈਸੇ ਨਾ ਕਿਤੋਂ ਤਾਂ ਦੇਣੇ ਹੀ ਪੈਣਗੇ ਆਪਾਂ ਨੂੰ ਫਿਰ। ਉਹ ਮੇਰੀ ਗੱਲ ਸੁਣ ਯਾਰ, ਜੇ ਘਰੇ ਦੱਸੇਗਾ ਉਹ ਯਾਰ ਉਧਰ ਤਾਂ ਬੁੜੀ ਜੀ ਮੈਨੂੰ ਢਾਲੂਗੀ, ਉਧਰੋਂ ਅਮਨ ਨੇ ਤਾਂ ਮੇਰੀ ਸਾਰੀ ਜ਼ਿੰਦਗੀ ਕੁੱਤੇ ਖਣੀ ਕਰਨੀ ਆ। ਉਹ ਨਹੀਂ ਬਾਈ ਕੋਈ ਗੱਲ ਨੀ ਕਰਦਾ ਕੋਈ, ਇਹ ਤੇਰੇ ਮਨ ਨੂੰ ਭੁਲੇਖਾ ਹੁੰਦਾ ਹੈ, ਇਸੇ ਗੱਲ ਦੇ ਮਾਰੇ ਨੇ ਤਾਂ ਤੂੰ ਪਹਿਲਾਂ ਸਿਆਪਾ ਪਾ ਲਿਆ ਆਪਦੀ ਜਾਨ ਨੂੰ। ਚੱਲ ਮੇਰੀ ਗੱਲ ਸੁਣ ਬਾਈ ਬਣ ਕੇ, ਮੈਂ ਤੇਰੇ ਪੈਰੀ ਹੱਥ ਲਾਉਣਾਗਾ, ਤੂੰ ਉਹਨੂੰ ਘਰੋਂ ਕੱਢ ਦੇ ਯਾਰ ਹਾੜੇ ਹਾੜੇ। ਕੋਈ ਨੀ ਤੂੰ ਟੈਨਸ਼ਨ ਨਾ ਲੈ, ਆਪਾਂ 4 ਮਾਰਦੇ ਡਾਂਗਾ, ਉਹਦਾ ਤਰਦਾ ਤੁਰਿਆ ਜਾਊ ਇੱਥੇ। ਆ ਜਾ ਕੋਈ ਨੀ ਆਪਾਂ ਮਾਂ ਨਾਲ ਕਰਦੇ ਆ ਗੱਲ ਜਾ ਕੇ। ਚਲੋ ਆ ਜਾ ਆ ਜਾ, ਘਬਰਾ ਨਾ ਤੂੰ, ਆ ਜਾ ਖੜਾ ਹੋ ਸਾਹਮਣੇ ਬਾਈ। ਹੁਣ ਨੀਵੀਂ ਕਾਹਤੋਂ ਪਾਈ ਬੈਠਾ, ਹੁਣ ਦੱਸ ਤੇਰੇ ਚੂੜੇ ਵਾਲੀ ਦਾ ਕੀ ਕਰੀਏ ਬਾਈ। ਹੱਥ ਬਣਾ ਲਓ, ਮੈਥੋਂ ਬਹੁਤ ਕੁੱਟ ਲਿਆ ਤੁਸੀਂ, ਪਰ ਪੁਲਿਸ ਨੂੰ ਨਾ ਫੜਾਇਓ ਮੈਨੂੰ। ਫਿਕਰ ਕਿਉਂ ਕਰਦਾ ਹੈ, ਪੁਲਿਸ ਆਉਂਦੀ ਹੈ ਤੈਨੂੰ ਉਹ ਪਾਊ ਹਜੇ ਤਾਂ ਮੂਧਾ, ਜਿਹੜਾ ਤੂੰ ਠੱਗੀਆਂ ਮਾਰਦਾ ਲੋਕਾਂ ਨਾਲ। ਨਾ ਮੈਨੂੰ ਐਂ ਦੱਸ ਤੈਨੂੰ ਕੀ ਭੀੜ ਪਈ ਦੀ, ਆ ਕੱਪੜੇ ਜਨਾਨੀ ਵਾਲੇ ਪਾਉਣ ਦੀ, ਤਾਂ ਇਹ ਮੇਰਾ ਸਾਰਾ ਘਰ ਆ ਕੇ ਖੱਕੜੀ ਕਰੇਲੇ ਕਰਤਾ, ਭਾਈਨਾ ਤੇ ਫਰਕ ਪਾਤੇ, ਤਾਂ ਫਿਰ ਰਹਿ ਗਿਆ ਲੈ ਕੋਈ। ਬੇਬੇ ਇੱਕ ਵਾਰ ਮੇਰੀ ਗੱਲ ਤਾਂ ਸੁਣ ਲਓ, ਮੇਰੀ ਕੀ ਮਜਬੂਰੀ ਸੀਗੀ, ਬਹੁਤ ਵੱਡੀ ਮਜਬੂਰੀ ਹੈ ਇਹਦੇ ਪਿੱਛੇ, ਮੈਂ ਕੋਈ ਸ਼ੌਂਕ ਨੂੰ ਨਹੀਂ ਇਹ ਕੰਮ ਕਰਦਾ ਹੈਗਾ। ਨਾ ਏਡੀ ਤੈਨੂੰ ਕੀ ਭੀੜ ਪਈ ਸੀ, ਜਿਹੜਾ ਮਰਦ ਉਦੋਂ ਜਨਾਨਾ ਬਣਿਆ, ਸ਼ਰਮੇ ਲਾਤੀ ਤਾਂ ਇਹ ਮੇਰੇ ਘਰ ਨੂੰ ਵਾਢੀ ਕਰ ਲਿਆ ਅਨੁਸਾਰ, ਹਾਏ ਆ ਚੋਰੀ ਉਸ ਬੋਰੇ ਲੁੱਟ ਕੇ ਲੈ ਜਾਂਦੀ ਜੇ ਇਹਨੂੰ, ਤੈਨੂੰ ਸ਼ਰਮ ਚਾਹੀਦੀ ਮਾੜੀ ਮੋਟੀ, ਬਸ ਦੇ ਘਰ ਚ ਰਹਿੰਦੀ ਤੂੰ ਵੀ। ਉਹ ਬੀਬੀ ਜਾਨੀ ਕੋ ਕਹਿਣੀ ਆ, ਜਾਨਾ ਗਏ ਉਹਦਾ ਬੰਦਾ ਹੈ ਨਾ, ਹੁਣ ਤੈਨੂੰ ਸੁਰਤ ਆ ਗਈ, ਮਰ ਜਾਣਿਆ ਸਾਰਾ ਚੋ ਬੈਠਾ ਹਲਾ ਦਾ ਕਾ ਤੋਂ ਮਰੀ ਜਾਨੀ ਇਹਦੇ। ਮੇਰੀ ਗੱਲ ਸੁਣ, ਇਹ ਤੋਂ ਕੀ ਲੈਣਾ ਹੁਣ, ਜਿਹੜੀ ਇਹ ਤੋਂ ਗਲਤੀ ਹੋਗੀ ਹੋਗੀ ਬਸ। ਬੇ ਸਿਆਪਿਆਂ ਦੀ ਜੜ ਤਾਂ ਇਹੀ ਹੈ, ਇਸੇ ਕੰਜਰ ਨੇ ਕੰਡੇ ਬੀਜੇ ਨੇ ਆਪਣੇ ਪੈਰਾਂ 'ਚ, ਚੁਗੀ ਜਾ ਲਓ ਤੂੰ। ਸਹੀ ਕਹਿੰਦੀ ਆ ਮਾਂ, ਸਾਰੀ ਪੌੜਿਆਂ ਦੀ ਜੜ ਤਾਂ ਇਹ ਆ, ਮੰਨਿਆ ਚਾਹ ਜਵਾਕਾਂ ਨਾਲ ਵੀ ਬੰਦੇ ਲੈ ਆਉਂਦੇ ਆਗੇ, ਪਰ ਆ ਤਾਂ ਪਹਿਲੀ ਵਾਰ ਸੁਣਿਆ ਵੱਡਾ ਬੰਦਾ ਸੀ ਬੈਲੀ, ਮੇਰੇ ਵਰਗੀ ਤਾਂ ਐ ਕਹਿੰਦਾ ਰਹਿੰਦਾ ਸੀ ਨਸਾਲ ਦੇ ਰਾਹ ਦੇ ਨਸਾਲ ਦੇ, ਇਹਨੂੰ ਐਂ ਨਹੀਂ ਪਤਾ ਲੱਗਾ ਵੀ ਆ ਬੱਦੇ ਨਾਲ ਵਿਆਹ ਕਰਾਣਾ। ਓਏ ਮੇਰੀ ਗੱਲ, ਉਹ ਚੱਲ ਭੈਣੇ ਮੇਰੀ ਗੱਲ ਸੁਣ, ਜਿਹੜਾ ਹੁਣ ਪਾਪ ਹੋਣਾ ਸੀ ਮੇਥੋਂ ਹੋ ਗਿਆ, ਉਹ ਮੈਨੂੰ ਕੀ ਪਤਾ ਸੀ ਮੇਰਾ ਸਾਲਾ ਬੰਦਾ ਨਿਕਲੋ, ਮੈਨੂੰ ਮਾਫ ਕਰ ਦੇ ਬਹਿਣ ਮਣ ਕੇ। ਮੇਰੀ ਗੱਲ ਸੁਣ, ਕੋਈ ਨਹੀਂ ਬਹਿ ਜਾ, ਹੁਣ ਐ ਦੱਸੋ ਇਹਦਾ ਕੀ ਕਰੀਏ ਆਪਾਂ। ਨਾ ਤੈਨੂੰ ਦੱਸਦਾ ਦੇ ਅਜੇ ਕਿਹੜਾ ਮਜਬੂਰਾ ਸੀ ਤੇਰਾ, ਜਿਹੜਾ ਤੂੰ ਬੰਦਿਆਂ ਤੋਂ ਤੀਵੀਆਂ ਮੰਨਦਾ ਫਿਰਦਾ। ਬੇਬੇ ਸਾਡੇ ਨਿੱਕੇ ਨਿੱਕੇ ਹੁੰਦਿਆਂ ਦਾ ਮਾਂ ਪਿਓ ਮਰ ਗਿਆ ਸੀ, ਮੈਂ ਤੇ ਮੇਰੀ ਭੈਣ ਰਹਿ ਗਏ, ਮੈਂ ਬੜੇ ਚਾਵਾਂ ਲਾਡਾਂ ਨਾਲ ਮੇਰੀ ਭੈਣ ਨੂੰ ਵਿਆਹਿਆ ਤੇ ਉਹ ਵੀ ਵਿਚਾਰੀ ਕਾਰ ਐਕਸੀਡੈਂਟ 'ਚ ਮਰ ਗਈ, ਹੁਣ ਉਹ ਨਿੱਕਾ ਜਿਹਾ ਜਵਾਕ ਹੈ ਇੱਕ, ਹੁਣ ਪਾਲਣ ਪੋਸ਼ਣ ਵਾਸਤੇ ਮੈਨੂੰ ਆਹ ਢੰਗ ਕਰਨੇ ਪੈਂਦੇ ਨੇ, ਮੇਰਾ ਕੋਈ ਜੀ ਨਹੀਂ ਕਰਦਾ ਬੇਬੇ, ਮੇਰੀ ਮਜਬੂਰੀ ਆ, ਸਰਕਾਰਾਂ ਵੀ ਨਹੀਂ ਨੌਕਰੀਆਂ ਦਿੰਦੀਆਂ, ਪੜ੍ਹਿਆ ਲਿਖਿਆ ਮੈਂ ਬਹੁਤ ਆ, ਦੱਸ ਮੈਂ ਕਿੱਥੇ ਜਾਵਾਂ ਮੇਰੀਏ ਮਾਂ ਵੇ। ਮੈਂ ਤਾਂ ਐਂ ਕਹਿੰਦਾ ਸੀ ਵੀ ਮੇਰਾ ਭਾਣਜਾ ਪੜ੍ਹ ਲੈ ਕੇ ਕੋਈ ਅਫਸਰ ਬਣ ਜੂਗਾ। ਉਹ ਮੇਰੀ ਗੱਲ ਸੁਣ, ਜਿੰਨਾ ਕੁ ਕਸੂਰ ਇਹਦਾ ਹੈ ਨਾ, ਓਨਾ ਕਸੂਰ ਆਪਣੇ ਵਾਲੇ ਦਾ ਵੀ ਹੈ, ਡਾਂਕਾਂ ਇਹਦੇ ਵੀ ਪੈਣ ਵਾਲੀਆਂ ਨੇ। ਸਹੀ ਗੱਲ ਹੈ, ਨਾਲੇ ਇੱਕ ਗੱਲ ਜਿਹੜਾ ਤੁਸੀਂ ਕਹਿੰਦੇ ਹੋ ਨਾ, ਅਖੇ ਪੜ੍ਹ ਲਿਖ ਕੇ ਮੇਰਾ ਭਾਣਜਾ ਅਫਸਰ ਬਣ ਜੂ, ਉਹ ਪੜ੍ਹ ਲਿਖ ਕੇ ਅਫਸਰ ਕਿਵੇਂ ਬਣ ਜੂਗਾ ਜਦੋਂ ਤੂੰ ਤਾਂ ਠੱਗੀਆਂ ਚੋਰੀਆਂ ਮਾਰਦਾ, ਉਹ ਵੀ ਇੱਕ ਠੱਗ ਚੋਰੀ ਬਣੂ, ਜੇ ਉਹਨੂੰ ਤੂੰ ਪੜ੍ਹਾਉਣਾ ਚਾਹੁੰਦਾ ਅਫਸਰ ਲਵਾਉਣਾ ਚਾਹੁੰਦਾ ਨਾ, ਤਾਂ ਮਿਹਨਤ ਕਰ, ਮਿਹਨਤ ਕਰਕੇ ਪੜ੍ਹਾ। ਸਹੀ ਗੱਲ ਹੈ ਬਾਈ, ਚੱਲ ਹੋ ਖੜਾ, ਮੇਰੀ ਗੱਲ ਸੁਣ, ਅੱਜ ਤੋਂ ਬਾਅਦ ਕੋਈ ਠੱਗੀ ਚੋਰੀ ਨਾ ਕਰੀ, ਹੋ ਜਾ ਖੜਾ ਵੀਰ ਬਣ ਕੇ। ਮੈਂ ਆਪਣੇ ਵਾਅਦਾ ਕਰਦਾ ਤੁਹਾਡੇ ਸਾਰਿਆਂ ਨਾਲ, ਅੱਜ ਤੋਂ ਬਾਅਦ ਮੈਂ ਕੋਈ ਚੋਰੀ ਠੱਗੀ ਨਹੀਂ ਕਰਦਾ, ਕਿਸੇ ਨੂੰ
दो नंबर का काम नहीं करता गा मेहनत करके खाऊ जवाखा पढ़ाऊ पढ़ ठगिया चोर ना चल दिन नहीं होंगे वाला चेर कर जा जिहड़ी होनी सी इहदे नाल हो गई आपी मां मेरी गल सुन कर ला ब्याह दी गल बे मैं ब्याह की गल की कर ला कली जानी वह कुड़ी सी अपने पक्ष की वह भी तेरे प्यो ने मिठिया मार मार आपके मगर ला ली आप दोए कटते मां पुत एक पासे मैं दस कि खूह च डिगा हूं इन्हों की लड़ की है मैं तो ऐ कहना हाँ बापू वर्ग चुप करके तू ओ मां गल कर ला कुड़ी उन्हें कहा गा ब्याह करा के डंडी लगा गे बाद देखियो की होगा ओहो बे ओही गल के डुबी ता जे सह ना आया ब्याह करा के डंडी किधर लगेगा ब्याह तो लियावेगा उन्होंने फिर गह बहर तोरन वास्ते पैसे चाहिए ने दस मैं कितों लियाऊंगी वह तो तेरे प्यो तो ही फड़ने पैणगे ओनू कौन के उही गल बिल्ली दे गल टल्ली कौन बनूगा ओनू कौन मनाऊगा फिर मां उदो तेथों भी नहीं सरया गया किला डूढ़ किला तां ना करवा लेंदी बे नहीं करवाउंदा हुण ना बहुत चुप कर हाँ की स्कीमां चल दियां ने चुप हो गए स्कीमां नूं दस की बापू तेरे तां वी मन ते चोर हुंदा गा अज तों वी गल्लां करदे करदे चुप हो गए ओह चल छड्ड परा मैं तैनूं ऐ कहना तूं मेरे नाल चल आपां कुड़ी नूं लेइए जा के बापू मैं तेन पहला भी कहा ना मैं अज जावा ना कल जावा बिना गल तो बेफालतू गल करने की कोई लोड़ नहीं साढ़े को तू कमलियां गल कानू करदा नेड़े मेरी गल सुनो ओह कुड़ी तुसी हथने धक्के मार के बाहर कढ़ती वह तेरे ताए के घरे रही उधर रात नू देख बेशर्मती मी नक बढ़ाउंदी फिरदी मेरा सरीके च ताए के घरे रहेगी फिर रही जाए मैं की करा जावे जिधर खूच डिगण ओए आप दे करके उन्होंने किसी को गल नहीं करी मैनू दस्या अज गया सी मैं कहने भाई इत्थे रह के गई अंजलिए के ला देख ला हरजीत तेन शर्म नहीं आती चौरे हले भी कहने एक लिया सरीका ने धारा तं कट गई हूं तो जमी नहीं लिया देंगे तू ला ला जोर जो इतों लगता हूं वो जोर तो मैं हूं लाऊंगी जिन्ना मैं इतों लग्या जे मेरी गल सुन लो वो उन्होंने रात कटाती कोई माड़ा करता अपने आप दे जे किसी खूह खाते च डिग पी फिर थोड़ा नक रह जाता अगे खूह च डिग पी वधिया सी जे मर जी खेड़ा छुट्टी आता स्यापा ने पड़ जाता कि ना कि भाले दो नैण स्यापा उपड़ा नहीं सी स्यापा भई सब पैदा थोनू फिर पता लगता जो जेल दिखा बीच ना बटेरे मूंग झाकते जे कि खूहते मर जाती बापू मैं जानता ओद मगर कौन आके जान नंगने पांच लख रुपया देख भरा दे भरजाई परा कर दे भुखे ने मंगते बने बैठे ने छोटे मगर पंचायत फिर कुड़ी से प्रौना है ओरी तुम नहीं सुनते मगर ता छी ओरी गलबात करके मैं जवाक का कोई हूला फक ली हो कर ली कोई बन सुबह पता नहीं की पढ़ता पढ़ा के आएगा उ जाके भी मैं तो कोई पढ़ता नहीं पढ़ाई मेरी गल सुन लो जे नहीं मेरे ना तुरना चुप करके बह जाओ मैं जाना अमन को लेके असी तो कुड़ी लेके आवे हथों घरे जा बग जा बग जा निकल जा ले कितने लिया के बाड़ेगा मैं तो बड़ नहीं दिंदी आपके चुले ते जा बग जा अड कर दी फिर मैं कहना तू पहला बरसीतां करा रखी ने सोनू सारी जमीन मेरे नाम है मैं तो अद्धी जमीन ना कराऊंगा ऐ कि मैं करा मैं तो लत्त नहीं कुट देंगे मां पुत तेरिया गलां देख कर दी लत्त तोड़ देंगे वह लत्त तेरिया मैं तोड़ू ए ना सोची भी मैं हूं हथ नहीं चकता हथियार चलाने नहीं भुलिया मैं मैं डांग चकली ना सीधी कर दू तेन देख लै सकंजा फड़ाने तेन सकंजा बे मैं लगता तेरे ताए कहने लाइया ने उंगलों उन्होंने भर के तुरना कंजर की खबर सर तो मैं लैन दे जाके तू बह जा निचली टिक जा तू मेरी गल सुन लै मैं अमन को जाना जे बाद मैं किसी ने दसता ना भी वह लड़के गई इन्हों तेरी लत जो राड़ा जब पवाउ होर तो देखी जू बापू मैं तेन जानता बड़े नाडू खानू तुर जाए रेमी कि जुंड मजुंडी हो जाइए मेरे ना जुंड मजुंडे होवेगा है वह बूथली देखी शीशे च बिल्ली की पूछ वर गया तेरिया बाहां ने चक के कंधो दी परा मरू तला के बग जा पे गह तेरी बूथड़ी बाली सोहनी हैगी लैनू ए नहीं शर्म आउंदी भी जे मैं लड़ पै ते नाल चंगा छड़ा लेंगा मेथों तू देख गल्लां दे कर दें तां ऐ भी मैं पहला भाई जोर है मेरे चट्टे जने नु ढाला मैं तां कहनी एक दिन दोने मां पुत बह जा इहदे हिक ते इन तां दिखा जोर मां बिना गल तो फिर मंजे ते बहू सामना भी आपां नु पऊगा मैं पर मंजे ते बैठे नु सामना के सप्पे नु इहनु बीबी किवें मूंह जा सिट्टी बैठी आ ਵੇ ਆਪਦੇ ਕਰਮਾਂ ਨੂੰ ਰੋਨੀ ਆ ਜਦ ਤੇਰੇ ਵਰਗੀ ਮਾੜੀ ਲਾਤ ਜੰਮ ਪੈਂਦੀ ਹੈ ਨਾ ਫਿਰ ਮੂੰਹ ਹੀ ਸਿੱਟਣਾ ਹੈ ਹੋਰ ਕੀ ਮੂੰਹ ਤਾਂ ਹੋਊਗਾ ਬੀਬੀ ਦਾ ਆ ਦੇਖ ਲੈ ਤੈ ਲੋਕਾਂ ਦੀਆਂ ਉਂਗਲਾਂ ਦੇ ਚੜ ਕੇ ਆ ਦੇ ਲੈ ਘਰੇ ਕਿੱਡਾ ਚੰਦ ਚਾੜਿਆ ਦੀ ਹੈ ਉਹਦਾ ਰਾਜ ਸਿਆਣਾ ਦੀ ਜਿਹੜਾ ਗੱਲ ਬੋਚ ਗਿਆ ਅੰਦਰੇ ਗੱਲ ਰਹੇਗੀ ਨਾ ਤੈਨੂੰ ਕੀ ਲੋੜ ਦੀ ਇਹ ਜੇ ਕੰਡੇ ਬੀਜਣ ਦੀ ਓ ਬੀਬੀ ਮੈਨੂੰ ਵੀ ਬਸ ਗੁੱਸਾ ਜਿਹਾ ਆ ਗਿਆ ਸੀਗਾ ਗੁੱਸੇ 'ਚ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋਈ ਜਾਂਦਾ ਮੈਨੂੰ ਆਇਆ ਸੀ ਮਹਾ ਮੈਂ ਇਹਨਾਂ ਦੀ ਹਿੱਕ ਤੇ ਬਰੋਟਾ ਲਾਉਂ ਉਹ ਮੇਰਾ ਸਾਲਾ ਆਪਦੀ ਹਿੱਕ ਤੇ ਲੱਗ ਗਿਆ ਵੇ ਕਈ ਵਾਰੀ ਗੁੱਸਾ ਆਇਆ ਜਾਵੇ ਨਾ ਚੜਾਵੇ ਜਿਹੜਾ ਟੋਏ 'ਚ ਦੇਖਦੇ ਆ ਦੇਖ ਲੈ ਤੈਨੂੰ ਟੋਏ 'ਚ ਦੇਖ ਗਿਆ ਹੈ ਉਹੀ ਗੱਲ ਤਾਂ ਕੱਲ ਅੰਦਰੇ ਰਹਿ ਗਈ ਆਪਣੇ
राज ने दसना राज ने गल संभाल ली रही खूं पई एवं कह दी मैं उन्होंने बेचारी लड़ता रहा ओ भी बहुत नरम आ गई गल होनी भी सारी सामी सी चंगा विआह कर दी मैं इन्होंने मैनू यही सलाह दी थी कि कोई गल नहीं लंघ जाने माड़ा मोटा टाइम जो कोई चंगा रिश्ता आया आप घर मेरा रिश्ता लै लेंगे तू तो इवीं लड़दा फिरी गया ओ हो बीबी नाले मेरी गल सुन ला मैं नहीं विआह करवाना है मेरा पहला विआह करा के फस गया सियापा ही ले लिया मैं बे कोई नहीं हले भी मेरी तो नीत है भी जो कोई चाचेदार रिश्ता हो जरूर तेरा घर बनूंगी ऐवे नहीं दिल देगी ना हुंदा नाले दोनों भाई रल के काम करो ओही गल शरीक दा समासा देखण नूं हुंदे ने ओए ओही दा गल आ चल इन्हां ने वधिया भाई एवें कह दिया रल मिल के काम सांभ लिया नहीं तां मेरा साला मेरे गाली पै गया सी ओह कहिंदा 7 लाख दे 7 लाख कित्थों दंदा दस मैं इह तां मेरा जलूस करता जी जलूस जे दोनों जी इह ना मेरे नाल के मौके च गल करदे कोई ਉਹ ਚੱਲ ਬੀਬੀ ਮੇਰੀ ਗੱਲ ਸੁਣ ਆਜੇ ਤੁਸੀਂ ਵਿਆਹ ਬੂ ਵਾਲੀ ਗੱਲ ਕਰਨੀ ਆ ਫਿਰ ਭਈ ਅਮਨ ਵਰਗੀ ਕੋਈ ਸਿਆਣੀ ਲੈ ਕੇ ਆਇਓ ਮੈਂ ਤਾਂ ਹੁਣ ਵਿਚਾਰੀ ਨਾਲ ਜਮਾ ਨਹੀਂ ਲੜਦਾ ਹੈਗਾ ਤੇ ਤੂੰ ਆਪਦੇ ਆਪ ਨਹੀਂ ਲਿਆਉਂਦਾ ਲਿਆ ਹੁਣ ਆਪਦੇ ਆਪ ਜਿਵੇਂ ਪਹਿਲਾਂ ਲੈ ਕੇ ਆਇਆ ਸੀ ਸਾਥੋਂ ਚੋਰੀਓ ਮੈਂ ਨਾ ਹੁਣ ਤੇ ਭਾਗੀ ਉਹ ਆਪਦੇ ਕੰਮ ਧੰਦੇ ਲੱਗੇ ਲਿਆ ਕੇ ਜੋੜਾ ਘਰੇ ਖੜਾ ਪਾ ਅੱਗੇ ਉਹਦਾ ਮੂੰਹ ਨਾ ਮੱਥਾ ਉਹ ਚੱਲ ਫਿਰ ਬੀਬੀ ਹੁਣ ਗਲਤੀ ਹੋਈ ਜਾਂਦੀ ਆ ਬੰਦੇ ਤੋਂ ਫਿਰ ਕਿਉਂ ਕਹੇ ਗਲਤੀ ਹੋ ਗਈ ਤੂੰ ਐਂ ਜਿਹਾ ਬੋਲਿਆ ਕਰ ਮੈਨੂੰ ਫਿਰ ਬੋਲਾ ਕਿਵੇਂ ਨਾ ਟਾਈਮ ਤੇ ਕੰਮ ਨਿਬੜ ਗਿਆ ਜੇ ਟਾਈਮ ਦੇ ਕੰਮ ਨਾ ਨਿਬੜਦਾ ਨੂੰ ਸਾਰੇ ਨੂੰ ਲੁੱਟ ਕੇ ਲੈ ਜਾਂਦੀ ਨਾਲੇ ਵਕੇ ਆ ਜਾਂਦੀ ਤੇਰੀ ਜ਼ਮੀਨ ਤੈਨੂੰ ਫੇਰ ਲੱਗਦਾ ਪਤਾ ਉਹ ਲੈ ਜਾਂਦੀ ਨਹੀਂ ਲੈ ਜਾਂਦਾ ਬੰਦਾ ਸੀ ਮੇਰਾ ਸਾਰਾ ਮੈਂ ਲੈ ਜਾਂਦੀ ਉਹ ਕਹੂੰ ਜਾਂ ਤੇ ਮੇਰੇ ਮੂਰੇ ਕੇ ਆਪਦੀ ਤੀਵੀਂ ਬਣਾ ਕੇ ਖੜਾ ਮੈਂ ਤਾਂ ਹੁਣ ਵੀ ਲੈ ਜਾਂਦੀ ਕਹੂੰਗੀ ਮੈਂ ਨਹੀਂ ਕਹਿੰਦੀ ਉਹ ਚੱਲ ਵਧੀਆ ਹੋਇਆ ਖੜਾ ਸੁੱਟ ਗਿਆ ਨਹੀਂ ਹੋਰ ਇੱਥੇ 7 ਲੱਖ ਨੂੰ ਬੰਝ ਖੜਾ ਹੋ ਗਿਆ ਸੀਗਾ ਚੱਲ ਬਈ ਧੰਨਵਾਦ ਰਾਜ ਦਾ ਨਾਲੇ ਆਵਣ ਦਾ ਜਿਨ੍ਹਾਂ ਨੇ ਗੱਲ ਸੰਭਾਲ ਲਈ ਲੈ ਬੀਬੀ ਮੇਰੀ ਗੱਲ ਸੁਣ ਮੈਂ ਚੱਲਿਆ ਖੇਤ ਹੁਣ ਭਗ ਜਾ कंजर ने मेरा है जे ना गल अंदर पुछ दी मैं कहंदी सी मैं बापू दा फोन आया सी की कहंदा सी बापू जी बस बापू तां ही कहंदा सी वे तेरे भाभी नूं ले आईए भाई जाके कहंदा मैं आउणांगा हां ए तां गल सही है उहनां दी ਹੁਣ ਤਾਂ ਕਈ ਦਿਨ ਹੋ ਗਏ ਵਿਚਾਰੀ ਨੂੰ ਗਈ ਨੂੰ ਲਿਆਉਣ ਦਾ ਹੱਕ ਬਣਦਾ ਸੀ ਉਹ ਤਾਂ ਠੀਕ ਆ ਗੱਲ ਕਰ ਮਾਂ ਤੇ ਹਰਜੀਤ ਨਹੀਂ ਨਾ ਸਮਝਦੇ ਬਾਪੂ ਕਹਿੰਦਾ ਮੈਂ ਬਹੁਤ ਕਿਹਾ ਸੀ ਵੀ ਹਰਜੀਤ ਚੱਲ ਤੇਰੀ ਮਾਂ ਨਹੀਂ ਜਾਂਦੀ ਵੀ ਤੂੰ ਤਾਂ ਨਾਲ ਵਗ ਜਾ ਅਗਲੇ ਦਾ ਗੁੱਸਾ ਠੰਡਾ ਹੋ ਜਾਂਦਾ ਇੰਨੇ ਨਾਲ ਓਏ ਉਹ ਕਿੱਥੇ ਸੁਧਰਨ ਵਾਲੇ ਬੰਦੇ ਨੇ ਯਾਰ ਪਤਾ ਨਹੀਂ ਭਾਈ ਮਾਂ ਨੂੰ ਕੀ ਹੋਇਆਗਾ ਕੀ ਉਹਦੇ ਦਿਮਾਗ ਨੂੰ ਹੋਇਆ ਸਮਝ ਨਹੀਂ ਆਉਂਦੀ ਸਿਆਣੀ ਬੈਣੀ ਹੈਗੀ ਐ ਨਹੀਂ ਬੰਦਾ ਅਗਲਾ ਕਹਿੰਦਾ ਆਪਦੀ ਨੂੰਹ ਨਾਲ ਪਿਆਰ ਨਾ ਰਹਾ ਮੈਂ ਜਿਵੇਂ ਦੇਖ ਲੈ ਮਾਂ ਤੇਰੇ ਨਾਲ ਕਿੰਨੇ ਪਿਆਰ ਨਾਲ ਰਹਿੰਦੀ ਐ ਉਹ ਮਾਂ ਤਾਂ ਮਾਂ ਹਰਜੀਤ ਨੂੰ ਤਾਂ ਸੋਚਣਾ ਚਾਹੀਦਾ ਉਹਦੇ ਤਾਂ ਘਰ ਵਾਲੀ ਆ ਮੈਂ ਇੰਨਾ ਲੜਦੀ ਹੁੰਦੀ ਸੀ ਤੁਹਾਡੇ ਨਾਲ ਪਰ ਤੁਸੀਂ ਤਾਂ ਮੇਰਾ ਸਾਥ ਦਿੰਦੇ ਸੀ ਉਹ ਪਤਾ ਨਹੀਂ ਹਰਜੀਤ ਵੀ ਕਿਹੋ ਜਿਹਾ ਅੱਜ ਕੱਲ ਵਾਲੇ ਮੁੰਡੇ ਤਾਂ ਜਮਾ ਨਹੀਂ ਲੜਦੇ ਆਉਂਦੀਆਂ ਘਰ ਵਾਲੀਆਂ ਨਾਲ ਇੰਨੇ ਪਿਆਰ ਨਾਲ ਰਹਿੰਦੇ ਨੇ ਸਹੀ ਗੱਲ ਆ ਨਾਲੇ ਚੱਲ ਵਿਚਾਰੀ ਉਹ ਤਾਂ ਨਰਮ ਨਹੀਂ ਹੈਗੀ ਚੱਲ ਕੋਈ ਨਹੀਂ ਕਲੇਸ਼ ਹੈਗਾ ਹੋ ਜਾਂਦਾਗਾ ਘਰੇ ਨਾ ਬੋਲੋ ਇੱਕ ਦੋ ਦਿਨ ਪਰ ਇਹ ਤਾਂ ਨਹੀਂ ਵੀ ਧੱਕੇ ਮਾਰ ਕੇ ਘਰੋਂ ਹੀ ਕੱਢ ਦੋ ਇਹ ਤਾਂ ਮਾਂ ਦੀ ਗੱਲ ਮੈਨੂੰ ਵੀ ਬਾੜੀ ਬੁਰੀ ਲੱਗੀ ਸਹੀ ਗੱਲ ਹੈ ਇਹ ਤਾਂ ਬੜਾ ਵੱਡਾ ਜ਼ੁਲਮ ਹੈ ਹੁਣ ਉਹ ਤਾਂ ਵਿਚਾਰੇ ਹਜੇ ਚੰਗੇ ਨੇ ਜਿਹੜੇ ਜਾ ਕੇ ਥਾਣੇ ਨਹੀਂ ਖੜੇ ਨਹੀਂ ਨਾ ਇਹਨਾਂ ਨਾਲ ਬਹੁਤ ਬੁਰੀ ਹੁੰਦੀ ਇਹ ਤਾਂ ਗੱਲ ਹੈ ਜੇ ਕੋਈ ਉਹੀ ਗੱਲ ਹੈ ਬਰਾਬਰ ਦੇ ਹੁੰਦੇ ਅਗਲਾ ਸਾਲਾ ਚਕਾਨ ਦਾ ਹੁਣ ਸਹੀ ਗੱਲ ਹੈ ਕੀ ਹਾਲ ਹੈ ਰਾਜ ਠੀਕ ਹੈ ਬਾਈ ਠੀਕ ਹੈ ਵਧੀਆ ਸਹੀ ਗੱਲ ਸਤਿ ਸ੍ਰੀ ਅਕਾਲ ਕੋਈ ਨਹੀਂ ਬਾਲਗਾ ਸਤਿ ਸ੍ਰੀ ਅਕਾਲ ਲਾਣਾ ਬੁਲਾਇਆ ਕਰ ਕਰ ਹੀ ਹੁੰਦੀਆਂ ਮੈਂ ਚੱਲ ਕੋਈ ਨਹੀਂ ਭਾਈ ਫਿਰ ਕਿਉਂ ਤੂੰ ਪੜ੍ਹੀ ਲਿਖੀ ਆਂਗੀ ਸੋਰੀ ਤਾਂ ਬੁਲਾ ਦਾਂ ਉਹ ਚੱਲ ਕੋਈ ਨਹੀਂ ਫਿਰ ਕੀ ਹੋ ਗਿਆ ਉਹ ਨਹੀਂ ਪਤਾ ਕੀ ਐਵੇਂ ਹੀ ਲੱਗਦਾ ਮੈਥੋਂ ਵੱਡੇ ਨੇਗੇ ਮੈਨੂੰ ਤਾਂ ਐ ਸ਼ਰਮ ਜੀ ਆਉਂਦੀ ਆ ਨਾਲੇ ਰੋਜ਼ ਘਰੇ ਸਤਿ ਸ੍ਰੀ ਅਕਾਲ ਨੂੰ ਕੀ ਹੁੰਦਾ ਹਾਂ ਬਾਈ ਕੀ ਕਹਿੰਦਾ ਮੈਂ ਕਹਿੰਦਾ ਚਾਹ ਘੁੱਟ ਜਾ ਪਾਤਾ ਹਾਂ ਹਾਂ ਆ ਪਿਆ ਬੰਨਿਆ ਬਾਈ ਚੱਲ ਉਹ ਤੂੰ ਐ ਕਰ ਮੇਰੀ ਗੱਲ ਸੁਣ ਮੈਂ ਚੱਲਿਆ ਖੇਤ ਕਿਉਂਕਿ ਖੇਤ ਆ ਜੀ ਚੰਗਾ ਬਾਈ ਆਏ ਆ ਮੇਰੀ ਗੱਲ ਸੁਣ ਮੈਂ ਜਾਣਾ ਅੱਜ ਮੇਰੇ ਸੌਰੀ ਪਤਾ ਤੈਨੂੰ ਨਹੀਂ ਪਤਾ ਹੈਗਾ ਉੱਥੇ ਨਾ ਹਰਜੀਤ ਦੇ ਘਰ ਵਾਲੀ ਰੁੱਸ ਕੇ ਵਾਗੀ ਸੀਗੀ ਉਹ ਕੀ ਗੱਲ ਹੋ ਗਈ ਉਹ ਬਸ ਹੋਣਾ ਕੀ ਹੈ ਯਾਰ ਤੈਨੂੰ ਪਤਾ ਘਰੇ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਉਹ ਆਪਦੇ ਪੇਕੇ ਵਾਗੀ ਸੀ ਅੱਜ ਨਾ ਬਾਪੂ ਆਉਂਦਾ ਹੈਗਾ ਤੇ ਅਸੀਂ ਲੈ ਕੇ ਆਉਣਾ ਉਹਨੂੰ ਅੱਛਾ ਹਾਂ ਉਹ ਚੱਲ ਮੇਰੀ ਗੱਲ ਸੁਣ ਜੇ ਮੇਰੀ ਲੋੜ ਆ ਫਿਰ ਮੈਂ ਵੀ ਨਾਲ ਵਗ ਚੱਲਦਾ ਉਹ ਨਹੀਂ ਬਾਈ ਤੂੰ ਜਾ ਖੇਤ ਚੱਲ ਅਸੀਂ ਜਾ ਕੇ ਆਵਾਂਗੇ ਦੋਨੇ ਜਣੇ ਚੱਲ ਠੀਕ ਆ ਉਹ ਸੁੱਖ ਸਾਧ ਨਾਲ ਜਾ ਕੇ ਆਇਓ ਭਾਈ ਨਾਲੇ ਕੁੜੀ ਨੂੰ ਉਹਨੂੰ ਸਮਝਾ ਆਪ ਜਾ ਕੇ ਆਇਓ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਜਾਵਾਂਗੇ ਬਸ ਫਿਰ ਚੱਲ ਠੀਕ ਆ ਚੰਗਾ ਮੈਂ ਜਾਣਾ ਮੈਂ ਚੰਗਾ ਚੰਗਾ ਬਾਈ ਓਏ ਅਮਨ ਬਾਈ ਨੂੰ ਯਾਰ ਤੂੰ ਐ ਭਜ ਭਜ ਨਾ ਪਿਆ ਕਰ ਉਹ ਤਾਂ ਪਹਿਲੇ ਹੀ ਦੁਖੀ ਆ ਵਿਚਾਰਾ ਹੋਰ
ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਯਾਰ। ਉਹ ਮੈਂ ਭੱਜ ਕੇ ਨਹੀਂ ਪੈਂਦੀ, ਜਦੋਂ ਬਾਈ ਮੈਨੂੰ ਸਤਿ ਸ੍ਰੀ ਅਕਾਲ ਜੀ ਬੁਲਾਉਂਦਾ ਨਾ, ਮੈਨੂੰ ਤਾਂ ਐਂ ਲੱਗਦਾ ਵੀ ਉਹ ਵੀ ਉਹ ਚਲਾਕੀ ਜੀ ਨੇ ਹੀ ਬੋਲਦਾ, ਉਹਦੇ ਮੂੰਹ ਤੇ ਮੈਨੂੰ ਤਾਂ ਚਲਾਕੀ ਝਲਕਦੀ ਰਹਿੰਦੀ ਹੈ ਪਤਾ ਨਹੀਂ ਕਿਉਂ। ਉਹ ਨਹੀਂ ਨਹੀਂ, ਹੁਣ ਤਾਂ ਉਹ ਸੁਧਰ ਗਿਆ, ਹੁਣ ਤਾਂ ਉਹ ਵੀ ਡਰਿਆ ਬੈਠਾ ਵੀ ਮੇਰੇ ਨਾਲ ਆਹ ਕੀ ਬਣ ਗਿਆ। ਉਹ ਤਾਂ ਚੱਲ ਗੱਲ ਠੀਕ ਹੈ, ਤਾਂ ਮੈਨੂੰ ਵੀ ਪਤਾ, ਉਹਨੂੰ ਵੀ ਪਤਾ ਲੱਗ ਗਿਆ ਵੀ ਮੈਂ ਐਵੇਂ ਬੋਲੀ ਜਾਂਦਾ ਸੀ, ਇਹਨਾਂ ਨਾਲ ਦੇਖ ਲੈ ਵੀ ਮਿੰਟ ਚ ਐਡੀ ਠੱਗੀ ਹੋ ਗਈ ਸੀ। ਸਹੀ ਗੱਲ ਹੈ, ਉਹ ਚੀਜ਼ ਨੇ ਤਾਂ ਕੰਨਾਂ ਨੂੰ ਹੱਥ ਲਵਾ ਤੇ। ਮੇਰੀ ਗੱਲ ਸੁਣ, ਆ ਜਾ ਮਾਂ ਅੰਦਰ ਬੈਠੀ ਹੈ, ਆਪਾਂ ਮਾਂ ਨਾਲ ਗੱਲ ਕਰ ਲਈਏ ਫਿਰ ਆਪਾਂ ਜਾ ਆਵਾਂਗੇ। ਸਹੀ ਗੱਲ ਹੈ, ਇਹਨੇ ਬਾਪੂ ਵੀ ਪਹੁੰਚਣਾ, ਚੱਲ ਮਾਂ ਨੂੰ ਦੱਸ ਦੇ। ਹਾਂ ਆ ਜਾ। ਸੱਤ ਦਿਨ ਹੋ ਗਏ ਗਈ ਨੂੰ, ਹੱਕ ਬਣਦਾ ਪੁੱਤ ਥੋੜਾ ਜਾਣ ਦਾ, ਨਾਲੇ ਨਾ ਤੇਰੀ ਮਾਂ ਨੂੰ ਸਮਝਾ ਦੀ ਮਾੜਾ ਮੋਟਾ, ਉਹਦਾ ਸੁਭਾਅ ਥੋੜਾ ਤੱਤਾ ਹੈ, ਵਗਦਾ ਪੁੱਤ ਮੈਂ ਵੀ ਜਾਂਦੀ, ਤੈਨੂੰ ਪਤਾ ਮੇਰੀ ਗੱਲ ਕਹੀ ਹੋਈ ਦੂਰ ਜਾਊਗੀ, ਗੁੱਸਾ ਮਨਾਉਗੀ ਉਹ ਗੱਲ ਦਾ। ਸਹੀ ਗੱਲ ਆ ਮਾਂ, ਮੈਨੂੰ ਵੀ ਆਇਆ ਵੀ ਇਹ ਨੀ ਪਤਾ ਮਾਂ ਤੁਹਾਨੂੰ ਕੀ ਕਹਿ ਦੇ, ਫਿਰ ਆਪ ਨੂੰ ਵੀ ਚੰਗਾ ਜਾਣ ਲੱਗਦਾ ਜਦੋਂ ਉਹ ਤੁਹਾਡੀ ਬੇਇੱਜ਼ਤੀ ਕਰਦੀ ਹੈ। ਅਮਨ ਗੁੱਸਾ ਨਾ ਕਰੀ, ਥੋੜਾ ਜਿਹਾ ਨਾ ਤੇਰੀ ਮਾਂ ਦਾ ਸੁਭਾਅ ਗਰਮ ਹੈ, ਉਹ ਕੁੜੀ ਤਾਂ ਨਰਮ ਹੀ ਹੈ ਜਿਹੜੀ ਤੁਹਾਡੇ ਘਰੇ ਹੈ। ਮਾਂ ਉਹ ਤਾਂ ਮੈਨੂੰ ਵੀ ਪਤਾ ਗਾ ਵੀ ਭਾਬੀ ਤਾਂ ਚੱਲ ਵਿਚਾਰੀ ਨਰਮ ਹੈਗੀ, ਹੁਣ ਤਾਂ ਥੋੜਾ ਜਿਹਾ ਮਾਂ ਤੇ ਹਰਜੀਤ ਬਾਈ ਦੋਵੇਂ ਉਹਦੇ ਨਾਲ ਧੱਕਾ ਹੀ ਕਰਦੇ ਨੇ। ਕੋਈ ਤੂੰ ਉਹਨਾਂ ਨੂੰ ਸਮਝਾ, ਕਈ ਵਾਰੀ ਤੈਨੂੰ ਪਤਾ ਹੈ ਕਿ ਮਸਲੇ ਹੱਲ ਨਹੀਂ ਹੁੰਦੇ ਗੁੱਸੇ ਨਾਲ, ਘਰ ਦੇ ਕੰਮ ਸਾਰੇ ਵਿਗੜ ਜਾਂਦੇ ਨੇ, ਤੂੰ ਉਹਨਾਂ ਨੂੰ ਠੰਡੇ ਦਿਮਾਗ ਨਾਲ ਸਮਝਾਈ ਵੀ ਐਂ ਗੱਲ ਨਹੀਂ ਚੱਲਦੀ ਹੁੰਦੀ। ਮਾਂ ਮੈਂ ਕੀ ਕਰਾਂ, ਮਾਂ ਨੂੰ ਮੈਂ ਬਥੇਰਾ ਸਮਝਾਉਣੀ ਆ, ਗੱਲ ਕਰ ਹੁਣ ਤਾਂ ਮਾਂ ਮੇਰੇ ਤੇ ਵੀ ਵਾਲਾ ਭੜਕੀ ਹੋਈ ਆ, ਪੁੱਛ ਇਹਨਾਂ ਨੂੰ, ਮੈਂ ਤਾਂ ਭੱਜ ਭੱਜ ਪੈਂਦੀ ਆ ਹੁਣ। ਹਾਂ ਸਹੀ ਗੱਲ ਆ ਮਾਂ, ਉਹ ਤਾਂ ਦੇਖ ਲੈ ਜੇ ਇਹ ਪਹਿਲਾਂ ਮਾੜੀ ਮੋਟੀ ਉਹਦੀ ਮਿਹਨਤ ਕਰਾਉਂਦੀ ਸੀ ਤਾਂ ਇਹਦੀ ਗੱਲ ਪੂਰ ਜਾਂਦੀ ਸੀ, ਤੇ ਹੁਣ ਇਹਦੇ ਨਾਲ ਵੀ ਤੈਨੂੰ ਪਤਾ ਦੇਖ ਲੈ ਲੜਦੀ ਹੈ। ਫਿਰ ਹੁਣ ਉਹ ਸਮਝਾਊ ਕਿਹੜਾ, ਤੂੰ ਵੀ ਸਮਝਾਵੇਂਗੀ, ਕੋਈ ਗੱਲ ਨਹੀਂ, ਮਾਂ ਧੀ ਨੂੰ ਕਹਿੰਦੇ ਧੀ ਮਾਂ ਨੂੰ ਕਹਿੰਦੇ ਗੁੱਸਾ ਨਹੀਂ ਹੁੰਦਾ, ਦੂਜੇ ਬੰਦੇ ਨੂੰ ਗੁੱਸਾ ਆ ਜਾਂਦਾ ਗੱਲ ਦਾ। ਇਹ ਤਾਂ ਗੱਲ ਸਹੀ ਆ ਮਾਂ, ਦੂਜੇ ਦੀ ਕਹੀ ਗੱਲ ਦੂਰ ਹੋ ਜਾਂਦੀ ਆ, ਸਾਡਾ ਤਾਂ ਮਾਮਾ ਧੀਆਂ ਦਾ ਕੀ ਆ, ਦੇ ਜੇ ਮੇਰੀ ਮਾਂ ਕੀ ਦੋਵੇਂ ਨੂੰ ਕਹਿ ਲਓ ਮੈਨੂੰ ਗੁੱਸਾ ਆ, ਤਾਂ ਹੀ ਤਾਂ ਕਹਿੰਦੇ ਆ ਵੀ ਆਪਸ ਵਿੱਚ ਗੁੱਸਾ ਨਹੀਂ ਹੁੰਦਾ ਮਾਮਾ ਧੀਆਂ ਦਾ ਕੋਈ। ਰੋਟੀ ਬਣਤੀ ਸੀ ਘਰ? ਹਾਂ ਹਾਂ, ਬਾਈ ਦੀ ਰੋਟੀ ਬਣਾਤੀ ਸੀ, ਚਾਵਲ ਬੰਨਿਆ ਪਿਆ ਸੀਗਾ, ਰੋਟੀ ਵੀ ਵਿੱਚ ਹੀ ਸੀ। ਕੋਈ ਨਾ ਪੁੱਤ, ਫਿਰ ਤੁਸੀਂ ਵਗ ਜਾਓ, ਥੋੜਾ ਜਾਣਾ ਤਾਂ ਜ਼ਰੂਰੀ ਹੈ। ਹਾਂ ਹਾਂ ਆਊਗਾ ਬਾਪੂ ਤਾਂ ਹਜੇ, ਉਹਦੇ ਨਾਲ ਜਾਵਾਂਗੇ। ਕੋਈ ਨਹੀਂ ਵਗ ਜਾਓ, ਚਾਹ ਤੁਸੀਂ ਬੈਠੋ, ਨਾਲੇ ਮੈਂ ਤੁਹਾਨੂੰ ਘੁੱਟ ਚਾਹ ਦੀ ਬਣਾ ਕੇ ਦੇ ਜਾਣਾ, ਨਾਲੇ ਬਾਪੂ ਪੀ ਲੂ, ਨਾਲੇ ਫਿਰ ਅਸੀਂ ਪੀ ਕੇ ਵਗ ਜਾਂਦੇ। ਕੋਈ ਨਹੀਂ ਕੋਈ ਨਹੀਂ, ਹਾਂ ਚੱਲ ਗੱਲ ਹੈ, ਕੋਈ ਨਹੀਂ ਮਾਂ ਤੂੰ ਆਰਾਮ। ਕੋਈ ਨਹੀਂ ਚੱਲ ਲੈ ਦੱਸ ਕੀ ਬਣੇ। ਉਹੀ ਗੱਲ ਹੈ ਵੀ ਚੱਲ ਤੂੰ ਚ ਹੀ ਭਜਾ, ਜੇ ਤੇਰੀ ਨੂੰਹ ਦਾ ਸੁਭਾਅ ਤੱਤਾ ਹੈ, ਪਰ ਨੂੰਹ ਤਾਂ ਉਹਦੀ ਨਰਮ ਹੀ ਹੈ, ਥੋੜ੍ਹਾ ਜਿਹਾ ਆਪ ਦਾ ਸੁਭਾਅ ਹੀ ਤੱਤਾ ਹੈ ਉਹਦਾ, ਵਿਚਾਰੀ ਮੇਰੀ ਨੂੰਹ ਦੀ ਜਾਨ ਵੀ ਔਖੀ ਕਰ ਰੱਖੀ ਹੈ। ਦੱਸ ਨਾ ਤਾਂ ਉਹਦਾ ਹੋਰੇ ਜੀ ਲੱਗਦਾ, ਨਾਲੇ ਉਹਦੀ ਮਾਂ 'ਚ ਸੁਰਤੀ ਪਈ ਹੈ, ਇਹਨੂੰ ਕਹੇ ਉਹ ਹੈਂ, ਦੋਹਾਂ ਧਿਰਾਂ 'ਚ ਫਸਦੀ ਉਹ ਤਾਂ, ਜੇ ਆਪਦੇ ਘਰੇ ਦਿਨ ਚੰਗੇ ਆਏ ਤੇ ਤਾਂ ਹੁਣ ਪੇਕਿਆਂ ਕਰਨੀ ਔਖੀ ਹੋ ਗਈ। ਹੋਰ ਮਾਸੜ ਜੀ ਘਰ ਠੀਕ ਸੀ ਸਾਰੇ? ਘਰੇ ਦਾ ਸਿਰਾ ਠੀਕ ਹੈ, ਮੈਂ ਨਾ ਸਾਰੇ ਪਰਿਵਾਰ ਵੱਲੋਂ ਤੇਰੇ ਮੂਹਰੇ ਸਿਰਾ ਹੱਥ ਬੰਨ ਕੇ ਮਾਫੀ ਮੰਗਦਾ, ਚੱਲ ਜੇ ਉਹਨਾਂ ਤੋਂ ਕੋਈ ਗਲਤੀ ਹੋ ਗਈ ਭਾਈ ਕੁੜੀ ਨੂੰ ਸਾਡੇ ਨਾਲ ਤੋਰੋ ਤੁਸੀਂ। ਮਾਸੜ ਜੀ ਤੁਸੀਂ ਕਾਹਦੇ ਵਾਸਤੇ ਮਾਫੀ ਮੰਗਦੇ ਹੋ? ਤੁਸੀਂ ਆਪ ਹੀ ਸੋਚੋ ਵੀ ਕਿੰਨਾ ਧੱਕਾ ਕਰਿਆ ਮੇਰੀ ਭੈਣ ਨਾਲ ਹਰਜੀਤ ਨੇ ਤੇ ਮਾਸੀ ਨੇ, ਧੱਕੇ ਮਾਰ ਮਾਰ ਕੁੜੀ ਘਰੋਂ ਕੱਢਤੀ, ਹੁਣ ਕਿਹੜੇ ਮੂੰਹ ਉੱਥੇ ਤੋਰੀਏ। ਬਾਈ ਜੀ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਅਸੀਂ ਬਹੁਤ ਬਸ਼ਰਮੀ ਦਿੱਤੀ ਹੈ ਉਹਨਾਂ ਨੂੰ, ਤੁਸੀਂ ਸਾਡੀ ਗੱਲ ਇੱਕ ਵਾਰੀ ਮੰਨ ਕੇ ਭੈਣ ਨੂੰ ਨਾਲ ਤੋਰ ਦਿਓ, ਅੱਗੇ ਤੋਂ ਇਹੋ ਜਿਹੀ ਗੱਲ ਕਦੇ ਨਹੀਂ ਕਰਦਾ। ਸੁਧਰਨ ਵਾਲਾ ਨਹੀਂ ਹੈਗਾ ਬਾਈ, ਉਹ ਬਹੁਤ ਵਾਰ ਦੇਖ ਲਿਆ, ਬਰਦਾਸ਼ਤ ਇੰਨਾ ਨਹੀਂ ਹੁੰਦਾ ਜਿੰਨਾ ਅਸੀਂ ਕਰੀ ਬੈਠੇ ਹਾਂਗੇ, ਹੁਣ ਤੁਸੀਂ ਆਪ ਹੀ ਸੋਚ ਲਓ ਕਿਹਾ ਜਿਹਾ ਹਾਲ ਆ ਉਹਦਾ ਬੰਦੇ ਦਾ। ਬਾਈ ਜੀ ਸਹੀ ਕਹਿੰਦੇ ਨੇ ਇਹ, ਨਾਲੇ ਜੇ ਉਹ ਇੰਨੀ ਬਸ਼ਰਮੀ ਮੰਨਦਾ ਨਾ, ਅੱਜ ਤੁਹਾਡੇ ਨਾਲ ਆਉਂਦਾ, ਤੁਹਾਨੂੰ ਕੱਲਿਆਂ ਨੂੰ ਨਹੀਂ ਭੇਜਦਾ ਸੀ, ਉਹਨਾਂ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ, ਕੁੜੀ ਅਸੀਂ ਕਿਵੇਂ ਭੇਜਦੀਏ ਤੁਹਾਡੇ ਨਾਲ। ਭਾਬੀ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੈ ਵੀ ਉਹਨਾਂ ਨੇ ਭਾਬੀ ਨਾਲ ਘੱਟ ਨਹੀਂ ਗੁਜ਼ਾਰੀ, ਗੱਲ ਕਰ ਕੀ ਕਰੀਏ, ਬਥੇਰਾ ਸਮਝਾਇਆ, ਹੁਣ ਮਾੜੇ ਜੇ ਲੈਣ ਤੇ ਆਇਆ, ਬਸ ਹੱਥ ਬੰਨ ਕੇ ਅਸੀਂ ਤਾਂ ਹੀ ਮਾਫੀ ਮੰਗਦੇ ਹਾਂ ਵੀ ਭਾਬੀ ਨੂੰ ਸਾਡੇ ਨਾਲ ਤੋਰ ਦਿਓ, ਚੱਲ ਇੱਕ ਵਾਰੀ ਤਾਂ ਬੰਦਾ ਮਾਫ ਕਰ ਹੀ ਦਿੰਦਾ ਹੁੰਦਾ। ਰਹੀ ਭੈਣੇ ਹਰਜੀਤ ਦੀ ਗੱਲ, ਉਹ ਤਾਂ ਨਾਲ ਆਉਂਦਾ ਸੀ, ਉਹਨੇ ਤਾਂ ਬਥੇਰੇ ਤਣੇ ਦੜਾਏ, ਅਸੀਂ ਨਹੀਂ ਉਹਨੂੰ ਨਾਲ ਲੈ ਕੇ ਆਏ, ਸਾਨੂੰ ਆਏ ਸੀ ਵੀ ਬੰਦੇ ਨੂੰ ਦੇਖ ਕੇ ਕਈ ਵਾਰੀ ਗੁੱਸਾ ਵੱਧ ਜਾਂਦਾ ਹੁੰਦਾ। ਬਾਈ ਨਾਲ ਆਉਣ ਨਾਲ ਗੁੱਸਾ ਵੱਧਦਾ ਨਹੀਂ ਹੁੰਦਾ, ਗੁੱਸਾ ਘੱਟ ਜਾਂਦਾ, ਸਗੋਂ ਜੇ ਨਾਲ ਆ ਜਾਂਦਾ ਸਾਨੂੰ ਵੀ ਐ ਹੁੰਦਾ ਵੀ ਚੱਲ ਨੀਵਾਂ ਹੋ ਕੇ ਆ ਗਿਆ ਵੀ ਭਾਈ ਗਲਤੀ ਹੈ ਕੋਈ ਨਹੀਂ ਮਾਫ ਕਰ ਦਾਂਗੇ। ਕੋਈ ਗੱਲ ਨਹੀਂ ਭਾਬੀ, ਮੈਥੋਂ ਚਾਹੇ 10 ਵਾਰੀ ਮਾਫੀਆਂ ਮੰਗਾ ਲਓ, ਅਸੀਂ ਵੀ ਤਾਂ ਨੀਵੇਂ ਹੋ ਕੇ ਆਏ ਆਂਗੇ, ਨਾਲੇ ਭਾਬੀ ਤੂੰ ਆਪਦਾ ਘਰ ਸਾਂਭਲਾ, ਨਾ ਉਸ ਘਰ ਨੂੰ ਬਰਬਾਦ ਕਰ, ਹੁਣ ਮੇਰੀ ਮਾਂ ਤਾਂ ਜਿਹੋ ਜਿਹੀ ਹੈਗੀ ਆ, ਅੱਗੇ ਤੋਂ ਬਸ ਨਾ ਕੋਈ ਗੱਲ ਨੀ, ਮੇਰੀ ਮਾਂ ਜਾਂ ਹਰਜੀਤ ਕੋਈ ਗੱਲ ਕਹਿਣਗੇ ਬੇਸ਼ੱਕ ਸਾਡੇ ਜੁੱਤੀਆਂ ਲਾ ਲਿਓ ਤੁਸੀਂ। ਭੈਣੇ ਅਸੀਂ ਨਾ ਤੁਹਾਡੀ ਕਦੀ ਨੀ ਗੱਲ ਮੋੜੀ, ਜਦੋਂ ਅਸੀਂ ਜਾਂਦੇ ਹਾਂ ਦੇਖ ਲੈ ਮਾਸੀ ਸਾਨੂੰ ਕੀ ਕੁਛ ਕਹਿੰਦੀ ਹੈਗੀ, ਅਸੀਂ ਫਿਰ ਵੀ ਇਹਨੂੰ ਲੜ ਕੇ ਆ ਜਾਂਦੇ ਹਾਂ।
ताही दा कही जाने ताही हाथ बन्नी जाने हुण उन्हां नूं भी बथेरी बशर्मगी दे के आयांगी। हुण तां उह जमा है चुप करे बैठे कहिंदे तुसीं ले आओ, साढ़े पांच छे दिन हो गए सी हाथ पैर बनदे नूं, ताही अज असीं आए आ। इन्हां ने भी कहता सी वी इदूं बाद फिर असीं आउंदे नहीं जे उह भाभी नूं कुछ बोले। सही गल है भाई, हुण तां उह गंडे दी भू करके होए पए ने सिद्धे जमा, हुण उन्हां च कोई बल नहीं रहा। कोई गल नहीं, तुसीं कुड़ी नूं तोर दिओ, पुछ लो बाकी कुड़ी नूं पुछ लो तुसीं। कोई गल नहीं भाई, तुसीं बैठो आए हो, चाह पानी पियो, असीं कुड़ी नाल करके गल फिर दस दें, नहीं पांच चार दिनों तक तोर देंगे। लै भाई सोचण वाली की गल है, इहदे विच अपनी कुड़ी है आपां ही तोरनी है, बाकी आ खड़ी है भैण इहनू पुछ लो, अजे तां हमेशा इसे दे ही साथ दित्ता हर इक गल च। भाई सोडा तां पता, जिहड़ा पचू रोडा लाया असीं अपने आप सहेड़िया, गल तां उहदी है। चल भाई कोई गल नहीं, असीं बारी बारी माफिया मंगी जाने, देख एक बारी तां तुसीं साडे कहे देख तोर दो, कोई गल नहीं भाभी नूं उधर ले जाके तुसीं गल कर लो, भाई बन के बस हाथ बन के बेनती है थोड़े अग्गे। चलो कोई ना, बैठो आपां कर दें गल। चल अंजलि भाई एक बारी कुड़ी नूं भी पुछ लईए भैणे। कोई नहीं भाभी, आ जा अंजलि, बस साडे नाल भाभी नूं तोर दो, सानूं तां चाह पाणी दी कासे दी लोड़ नहीं। हाँ जी सत श्री अकाल, हुणे हुणे तुसीं साडी वीडियो देखी है, वीडियो किवें लगी कमेंटां दे विच जरूर दस्सिओ, वीडियो वधिया लगी तां अगे शेयर जरूर कर दिओ। जिहड़े दोस्तां ने चैनल सबसक्राइब नहीं कीता उह चैनल नूं जरूर सबसक्राइब कर लिओ, नाल दित्ती बैल दा निशान जरूर दबा लिया करो तां जो तुहाडे कोले साडियां नवीआं नवीआं वीडियो दी नोटिफिकेशन पहुंच सके। वीडियो वधिया लगी तां अपने दोस्तां दे विच शेयर जरूर कर दिया करो। धन्नवाद दोस्तो, सत श्री अकाल।